ਸਤਿਕਾਲ ਸਤਿਕਾਲ ਜੀ ਸਤਿਕਾਲ ਜੀ ਜਸਵਿੰਦਰ ਬਿਰਕ ਬਲਾਡੇ ਤੋਂ ਜੀ 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 ਡਾਕਟਰ ਸਾਹਿਬ ਮੈਂ ਤੁਹਾਡੀ ਗੱਲ ਥੋੜੀ ਜਿਹੀ ਵਿੱਚੋਂ ਵੀ ਮੇਰੇ ਕੋਲ ਵੀ ਨੈਟਵਰਕ ਦੀ ਪ੍ਰੋਬਲਮ ਮਿਸ ਕਰ ਰਹੀ ਸੀ ਜਿਹੜੀ ਤੁਸੀਂ ਇੱਕ ਗੱਲ ਕਰ ਰਹੇ ਸੀ ਵੀ ਆਬਾਦੀ ਜਿਹੜੀ ਹੈਗੀ ਦੁਬਾਰਾ ਕਰ ਲਾਂਗੇ ਕੋਈ ਗੱਲ ਨਹੀਂ ਹਾਂਜੀ ਮੈਂ ਉਹੀ ਸਵਾਲ ਤੁਹਾਡਾ ਮਾੜਾ ਦੁਹਰਾ ਰਿਹਾ ਸੀ ਮੈਂ ਗੱਲ ਸੁਣ ਰਿਹਾ ਫਿਰ ਮੈਨੂੰ ਅੱਧੀ ਗੱਲ ਸੁਣੀ ਵੀ ਆਪਾਂ ਆਬਾਦੀ ਨੂੰ ਜਿਹੜਾ ਹੈਗਾ ਆ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਆਬਾਦੀ ਬੋਝ ਨਹੀਂ ਹੈਗੀ ਜ਼ਿਆਦਾ ਆਬਾਦੀ ਬੋਝ ਨਹੀਂ ਹੈ ਇਸ ਗੱਲ ਦਾ ਇੱਕ ਤੁਸੀਂ ਗੱਲ ਕਹਿ ਰਹੇ ਸੀ ਵੀ ਜਿਹੜੀ ਜ਼ਿਆਦਾ ਜਿਹੜੇ ਸੋਰਸਿਸ ਹੈਗੇ ਨੇ ਉਹ ਥੋੜੇ ਪਰਸੈਂਟੇਜ ਯੂਜ਼ ਕਰਦੇ ਨੇ ਕੁਛ ਬੰਦੇ 18 ਜਿਹੜੇ ਸੋਰਸਿਸ ਹੈਗੇ ਯੂਜ਼ ਕਰਦੇ ਬਾਕੀ ਨੂੰ ਆਪਾਂ ਕੁਛ ਨਹੀਂ ਮਿਲਦਾ ਤਾਂ ਇਹ ਜਿਹੜਾ ਹੈਗਾ ਬੈਲੈਂਸ ਜਿਹੜਾ ਆਪਾਂ ਇਹਨੂੰ ਕਿਉਂਕਿ ਅੱਜ ਆਪਾਂ ਆਮ ਬੰਦੇ ਕੋਲ ਇਹੀ ਵਿਚਾਰ ਉਹਦਾ ਹੁੰਦਾ ਵੀ ਜਿਹੜੀ ਆਬਾਦੀ ਇੱਕ ਬੋਝ ਹੈ ਜ਼ਿਆਦਾ ਆਬਾਦੀ ਆਪਣੇ ਤੇ ਆਪਣੀ ਇੱਕ ਪ੍ਰੋਬਲਮ ਹੈਗੀ ਹੈ ਆਮ ਬੰਦੇ ਕਹਿੰਦੇ ਸੁਣੇ ਜਾਂਦੇ ਵੀ ਇੱਕ ਪਾਪੂਲੇਸ਼ਨ ਇੱਕ ਕਰਪਸ਼ਨ ਇਹ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਆਪਣਾ ਆਪਣੇ ਤਰੱਕੀ ਨੂੰ ਮਤਲਬ ਪਿੱਛੇ ਲਿਜਾਂਦੀਆਂ ਨੇ ਵੀ ਇਹਦੇ ਵਾਸਤੇ ਤੁਸੀਂ ਕੁਛ ਉਲਟ ਕਹਿ ਰਹੇ ਸੀ ਇਹਦੇ ਮਤਲਬ ਇਹਦੇ ਤੇ ਥੋੜਾ ਜਿਹਾ ਜੇ ਚਾਨਣਾ ਦੁਬਾਰਾ ਪਾ ਦੋ ਤਾਂ ਬਹੁਤ ਮੈਂ ਦੁਬਾਰਾ ਰਿਪੀਟ ਕਰ ਦੇਣਾ ਹੋਰ ਕੋ ਲੈ ਲਓ ਸਵਾਲ ਲੈ ਲਓ ਪਿੱਛੇ ਲੈ ਲਓ ਸਵਾਲ ਇਕੱਠੇ ਕਰ ਲਾਂਗੇ ਹਾਂਜੀ ਹਾਂਜੀ ਬਲਜਿੰਦਰ ਸਿੰਘ ਜੀ ਗੁੰਨੇ ਪਰ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਸਰ ਡਾਕਟਰ ਸਾਹਿਬ ਨੇ ਜਿੱਦਾਂ ਦੱਸਿਆ ਵੀ ਵੱਧਦੀ ਆਬਾਦੀ ਜਿਹੜੀ ਆ ਇਹ ਕੋਈ ਸਮੱਸਿਆ ਨਹੀਂ ਗੀ ਸਰ ਜਿੱਦਾਂ ਜੇ ਬੱਚੇ ਵੱਧ ਹੋਣਗੇ ਤੇ ਉਹਨਾਂ ਨੂੰ ਪੜ੍ਹਾਈ ਦੇ ਘੱਟ ਮੌਕੇ ਮਿਲਣਗੇ ਅੱਜ ਕੱਲ ਸਿੱਖਿਆ ਬੜੀ ਮਹਿੰਗੀ ਆ ਸਿਹਤ ਲਈ ਸਹੂਲਤਾਂ ਜਿਹੜੀਆਂ ਉਹ ਬੜੀਆਂ ਮਹਿੰਗੀਆਂ ਵਾ ਤੇ ਜੇ ਉਹ ਬੱਚੇ ਤੁਹਾਡੇ ਘੱਟ ਹੋਣਗੇ ਇੱਕ ਜਾਂ ਦੋ ਵਾਰ ਤੁਸੀਂ ਬੱਚਿਆਂ ਨੂੰ ਵਧੀਆ ਸਕੂਲ ਚ ਚੰਗੇ ਯੂਨੀਵਰਸਿਟੀਆਂ ਚ ਚੰਗੇ ਕੋਰਸ ਕਰਾ ਸਕਦੇ ਹੋ ਸਿਹਤ ਸਹੂਲਤਾਂ ਲਈ ਉਹਨਾਂ ਦਾ ਵਧੀਆ ਇਲਾਜ ਕਰਾ ਸਕਦੇ ਹਾਂ ਤੇ ਜੇ ਸਾਡੇ ਬੱਚੇ ਹੀ ਇੰਨੇ ਹੋਣਗੇ ਜ਼ਿਆਦਾ ਹੋਣਗੇ ਤੇ ਉਹ ਅਸੀਂ ਵਧੀਆ ਐਜੂਕੇਸ਼ਨ ਦੇ ਪਾਵਾਂਗੇ ਸਾਡੀ ਜ਼ਮੀਨ ਵੀ ਹੋਰ ਛੋਟੇ ਹਿੱਸਿਆਂ ਚ ਵੰਡੀ ਜਾਊਗੀ ਤੇ ਇੱਥੇ ਮੈਂ ਥੋੜਾ ਦੇਖਣਾ ਚਾਹੁੰਦਾ ਸੀ ਵੀ ਇਹਦਾ ਕੀ ਕਾਰਨ ਆ ਵੀ ਬਿਲਕੁਲ ਠੀਕ ਗੱਲ ਤੁਹਾਡੀ ਜੀ ਅੱਗੇ ਹੋਰ ਲੈ ਲਓ ਕੋਈ ਮੈਂ ਦਿੰਦਾ ਜਵਾਬ ਹਾਂਜੀ ਹੋਰ ਜੀ ਕਿਸੇ ਵੀਰ ਦਾ ਸਵਾਲ ਹਾਂਜੀ ਬਹੁਤ ਸਾਰੇ ਵੀਰ ਜੁੜੇ ਹੋਏ ਨੇ ਤੇ ਮਨ ਚ ਕੋਈ ਹੈ ਕਹਿੰਦੇ ਸ਼ੰਕਾ ਜੋ ਡਾਕਟਰ ਸਾਹਿਬ ਨੇ ਗੱਲਾਂ ਕੀਤੀਆਂ ਚਲੋ ਡਾਕਟਰ ਸਾਹਿਬ ਹਾਂਜੀ ਸੁਖਵਿੰਦਰ ਸਿੰਘ ਜੀ ਬਾਠ ਡਾਕਟਰ ਮਾਨ ਹੈ ਹਾਂ ਉਹ ਵੀ ਹੈਗੇ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੁਖਵਿੰਦਰ ਸਿੰਘ ਜੀ ਹਾਂਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਡਾਕਟਰ ਸਾਹਿਬ ਪਿਛਲੇ ਸਮੇਂ ਦੇ ਵਿੱਚ ਜਿਹੜਾ ਰਾਜਿਆਂ ਦਾ ਰਾਜ ਸੀ ਮੇਰਾ ਖਿਆਲ ਦੇ ਵਿੱਚ ਉਹ ਜ਼ਿਆਦਾ ਵਧੀਆ ਸੀਗਾ ਜਿਹੜਾ ਸਾਨੂੰ ਲੋਕਤੰਤਰ ਰਾਜ ਦਿੱਤਾ ਇਹਨੇ ਪੈਸੇ ਦੇ ਨਾਲ ਹੀ ਬੰਨਤੀ ਸਾਰੀ ਦੁਨੀਆ ਤੇ ਅਸੀਂ ਪੈਸੇ ਦੇ ਦੁਆਲੇ ਘੁੰਮਦੇ ਘੁੰਮਦਿਆਂ ਨੇ ਆਪਣੇ ਪਰਿਵਾਰ ਆਪਣੀ ਸਿਹਤ ਆਪਣਾ ਸਮਾਜ ਵਾਤਾਵਰਨ ਸਾਰਾ ਕੁਛ ਖਰਾਬ ਕਰ ਲਿਆ ਤੇ ਦੇਖੋ ਹੁਣ ਅਸੀਂ ਬੱਚੇ ਪਿੱਛੇ ਜਿਹਾ ਸਵਾਲ ਕੀਤਾ ਵੀਰ ਨੇ ਕਿ ਜ਼ਿਆਦਾ ਬੱਚੇ ਹੋ ਜਾਣਗੇ ਤੇ ਅਸੀਂ ਉਹਨਾਂ ਨੂੰ ਪੜ੍ਹਾਵਾਂ ਲਿਖਾਵਾਂਗੇ ਕਿਵੇਂ ਉਹਨਾਂ ਦਾ ਕੀ ਕਰਾਂਗੇ ਤੇ ਬੱਚੇ ਇਕੱਲੇ ਟੈਸਟ ਵੀ ਲੈ ਕੇ ਆਉਂਦੇ ਨਾਲ ਦੋ ਹੱਥ ਵੀ ਲੈ ਕੇ ਆਉਂਦੇ ਤੇ ਜ਼ਿਆਦਾ ਬੱਚੇ ਹੱਥ ਵੀ ਨਾਲ ਆਉਂਦੇ ਉਹਨਾਂ ਨੇ ਅੱਗੇ ਜਾ ਕੇ ਤਰੱਕੀ ਕਰਨੀ ਆ ਉਹਨਾਂ ਨੇ ਅੱਗੇ ਜਾ ਕੇ ਪ੍ਰੋਗਰੈਸ ਹੀ ਕਰਨੀ ਆ ਉਹ ਮਤਲਬ ਵਧਣ ਵਾਧੇ ਵਾਲੇ ਪਾਸੇ ਜਾਵਾਂਗੇ ਕੋਈ ਘਾਟੇ ਵਾਲੇ ਪਾਸੇ ਨਹੀਂ ਜਾਵਾਂਗੇ ਸਾਡਾ ਮਤਲਬ ਮਾਇੰਡ ਸੈੱਟ ਏਦਾਂ ਦਾ ਬਣਾਤਾ ਸਾਨੂੰ ਐਜੂਕੇਸ਼ਨ ਏਦਾਂ ਦੀ ਦੇਤੀ ਕਿ ਸਾਡੇ ਵਿੱਚੋਂ ਇਹ ਚੀਜ਼ਾਂ ਇਹ ਡਰ ਜਿਹੜਾ ਇਹਨੂੰ ਫਿਊਚਰ ਦਾ ਡਰ ਸਾਨੂੰ ਦਿਖਾ ਦਿਖਾ ਕੇ ਜਿਹੜਾ ਸਾਡਾ ਪ੍ਰੈਜੈਂਟ ਵੀ ਖਰਾਬ ਕਰ ਦਿੱਤਾ ਤੇ ਮੈਨੂੰ ਲੱਗਦਾ ਵੀ ਬਾਕੀ ਤੁਹਾਡੀ ਰਾਏ ਨਾਲ ਬਿਲਕੁਲ ਮੈਂ ਸਹਿਮਤ ਹਾਂ ਜੋ ਵੀ ਤੁਸੀਂ ਅੱਜ ਵਿਚਾਰ ਦਿੱਤੇ ਹੈਗੇ ਆ ਉਹਨਾਂ ਨਾਲ ਅਸੀਂ 101% ਸਹਿਮਤ ਹਾਂ ਜੀ ਧੰਨਵਾਦ ਜੀ ਹਾਂਜੀ ਮਾਨ ਸਾਹਿਬ ਹਾਂਜੀ ਅਮਰਜੀਤ ਸਿੰਘ ਜੀ ਮਾਨ ਤੁਸੀਂ ਅਨਮਿਊਟ ਕਰ ਲਓ ਜੀ ਡਾਕਟਰ ਸਾਹਿਬ ਤੁਸੀਂ ਅਨਮਿਊਟ ਹੋਏ ਸੀ ਫਿਰ ਇੱਕ ਵਾਰ ਹਾਂਜੀ ਡਾਕਟਰ ਸਤਿ ਸ੍ਰੀ ਅਕਾਲ ਜੀ ਹਾਂ ਮੈਂ
ਸਹਿਮਤੀ ਆਪਾਂ ਪਹਿਲਾਂ ਵੀ ਡਿਸਕਸ਼ਨ ਹੁੰਦੀ ਰਹਿੰਦੀ ਹੈ, ਸੁਣਦੇ ਰਹਿੰਦੇ ਆ ਇਹ ਸਾਰਾ ਕੁਝ ਕਿ ਬਾਕੀ ਇਹ ਬਹੁਤ ਵੱਡੀ ਚਾਲ ਹੈ ਕਿ ਲੋਕਾਂ ਨੂੰ ਕਿ ਤੁਸੀਂ ਆਬਾਦੀ ਵੱਧ ਤਾਂ ਤੁਹਾਡੇ ਤੇ ਗਰੀਬੀ ਹੈ, ਤੁਸੀਂ ਜ਼ਿੰਮੇਵਾਰ ਹੋ ਸਾਬ ਕਾਸੇ ਦੇ, ਜਦਕਿ ਤੁਹਾਡੀ ਗੱਲ 100% ਸੱਚਾਈ ਹੈ ਕਿ ਜਿਹੜੇ ਵੱਧ ਰਿਸੋਰਸ ਯੂਜ ਕਰਦੇ ਆ ਉਹ ਤਾਂ 20% ਜਾਂ ਉਸ ਤੋਂ ਵੀ ਅੱਗੇ 3-4% ਨੇ, ਜਿਹੜੇ ਗਰੀਬ ਨੇ ਵਿਚਾਰੇ ਉਹਦਾ ਰਿਸੋਰਸ ਯੂਜ ਹੀ ਨੀ ਕਰਦੇ, ਉਹ ਤਾਂ ਕਮਾਈ ਕਰਕੇ ਦਿੰਦੇ ਆ ਸਾਨੂੰ। ਜਿਵੇਂ ਤੁਸੀਂ ਗੱਲ ਕੀਤੀ ਹੈ ਬਿਹਾਰ ਵਾਲਿਆਂ ਦੀ, ਯੂਪੀ ਵਾਲਿਆਂ ਦੀ, ਉਹਨਾਂ ਦੇ ਸਿਰ ਤੇ ਤਾਂ ਅਸੀਂ ਇੰਨੇ ਸਾਲਾਂ ਤੋਂ ਝੋਨਾ ਲਾ ਰਹੇ ਹਾਂ ਤੇ ਇਹ ਕੀ ਗੱਲ। ਦੂਜੀ ਗੱਲ ਜਿਹੜਾ ਤੁਸੀਂ ਕਿਹਾ ਸੀ ਕਿ ਕਿਸਾਨੀ ਸੰਘਰਸ਼ ਬਾਰੇ ਕਿ ਹੁਣ ਸਾਨੂੰ ਬਹੁਤ ਵਧੀਆ ਇੱਕ ਲਾਹੇਵੰਦ ਮੌਕਾ ਮਿਲਿਆ ਕਿਸਾਨੀ ਸੰਘਰਸ਼ ਤੋਂ, ਤੇ ਉਹਦੇ ਜਿਹੜੇ ਦੱਸ ਉਸ ਨੂੰ ਆਪਾਂ ਕਿਵੇਂ ਬਹੁਤ ਜ਼ਿਆਦਾ ਲੋਕਾਂ 'ਚ ਪ੍ਰਚਾਰ ਕਰੀਏ ਕਿ ਜਿਹੜਾ ਬੈੱਡ ਤੇ ਬੀਜਣੀ ਹੈ ਤੇ ਬਿਰਲੀ ਬੀਜਣੀ ਹੈ ਤੇ ਪਾਣੀ 80% ਘੱਟ ਜਾਂਦਾ, ਹਰਿਆਣੇ ਨੂੰ ਲੜਨ ਦੀ ਲੋੜ ਹੀ ਨਹੀਂ ਵੀ ਲੈ ਜਾਓ ਤੁਸੀਂ ਐਸ ਵਾਈ ਐਲ ਕੱਢ ਕੇ ਸਮਾਂ ਦੀ, ਇਹਨੂੰ ਬਹੁਤ ਲੋੜ ਹੈ। ਕੱਲ ਮੈਂ ਪਿੰਗਲਵਾੜੇ ਦੀ ਮੀਟਿੰਗ ਤੇ ਵੀ ਬੋਲਿਆ ਸੀ, ਬਾਹਰ ਆ ਕੇ ਸਾਰੇ ਨੇ ਕਿਹਾ ਕਿ ਡਾਕਟਰ ਮਾਨ ਇਹ ਸਾਰੇ ਲੈਕਚਰ ਤੁਸੀਂ ਜਾ ਕੇ ਟੋਲ ਪਲਾਜ਼ਿਆਂ ਤੇ ਜਿੱਥੇ ਹੋਰ ਕਿਸਾਨ ਇਕੱਠੇ ਹੁੰਦੇ ਆ ਉੱਥੇ ਦਿਓ ਇਹ ਲੈਕਚਰ। ਹਾਂ ਤੇ ਇਸ ਕਰਕੇ ਮਤਲਬ ਇਹ ਵੀ ਬਹੁਤ ਲੋੜ ਹੈ, ਉਹਦੇ ਨਾਲ ਸਾਡੇ ਕਿਸਾਨੀ ਦੇ ਖਰਚੇ ਘੱਟ ਜਾਣਗੇ ਜੀ, ਕਿਸਾਨੀ ਬਚ ਜੂਗੀ, ਜ਼ਹਿਰ ਮੁਕਤ ਹੋ ਜਾਂਗੇ, ਰੇਹ ਦੀ ਲੋੜ ਹੀ ਨਹੀਂ ਪੈਂਦੀ, ਸਪਰੇ ਦੀ ਲੋੜ ਹੀ ਨਹੀਂ ਪੈਂਦੀ। ਤਾਂ ਇਹ ਬਹੁਤ ਜ਼ਿਆਦਾ ਆਪਾਂ ਇੱਕਦਮ ਹਨੇਰੀ ਲਿਆ ਦਈਏ ਪ੍ਰਚਾਰ ਦੀ ਇਸ ਗੱਲ ਦੀ ਕਿ ਜਿਹੜਾ ਫਗਵਾੜਾ ਗੁੱਡ ਗਰੋ ਗਰੁੱਪ ਦੀ ਤਕਨੀਕ ਹੈ ਤੇ ਨਾਲ ਤੁਸੀਂ ਜਿਹੜਾ ਹੈਗਾ ਔਰਗੈਨਿਕ ਮਾਡਲ ਸੈਂਟਰ ਵਾਲਾ ਕੇ ਨਾਲ ਗਾਈਆਂ ਮੱਝਾਂ ਰੱਖ ਕੇ ਉਹਦਾ ਤੁਸੀਂ ਗਊ ਗੋਬਰ ਗਊ ਯੂਜ ਕਰੋ, ਮੱਝ ਮੁ ਗੋਬਰ ਮੱਝ ਮੂਤਰ ਯੂਜ ਕਰ ਲਓ, ਉੱਥੇ ਹੋਰ ਚੀਜ਼ਾਂ ਐਡ ਕਰ ਲਓ, ਸ਼ਹਿਦ ਦੀਆਂ ਮੱਖੀਆਂ ਰੱਖ ਲਓ, ਫਰੂਟ ਪਲਾਂਟ ਲਾ ਲਓ, ਜਿਵੇਂ ਆਪਾਂ ਕਹਿੰਦੇ ਕਿ ਹਰ ਫਸਲ ਪੈਦਾ ਕਰੋ ਪਿੰਡ ਦੇ ਵਿੱਚ। ਹੋ ਗਿਆ ਇੱਕ ਮੈਨੂੰ ਥੋੜਾ ਜਿਹਾ ਮੈਂ ਥੋੜਾ ਜਿਹਾ ਲੇਟ ਜੁਆਇਨ ਕੀਤਾ ਵੀ ਜਿਹੜਾ ਤੁਸੀਂ 2.1 ਕਹਿੰਦੇ ਹੋ ਉਹ ਕਿਵੇਂ ਕੈਲਕੂਲੇਟ ਹੁੰਦਾ ਜੀ, ਉਹ ਮੈਨੂੰ ਕਲੀਅਰ ਕਰ ਦਿਓ। ਓਕੇ ਜੀ ਹਾਂਜੀ ਡਾਕਟਰ ਸਾਹਿਬ। ਹਾਂਜੀ ਹਾਂਜੀ ਕਰਕੇ ਸਾਰਾ ਦਾ ਟੋਟਲ ਕਰ ਲੈਂਦੇ ਆ, ਟੋਟਲ ਕਰਕੇ ਐਵਰੇਜ ਕੱਢ ਲੈਂਦੇ ਆ ਕਿ ਇੱਕ ਔਰਤ ਆਪਣੇ ਲਾਈਫ ਟਾਈਮ ਚ ਔਰਤ ਸਾਡੇ ਕੰਟਰੀ ਚ ਕਿੰਨੇ ਬੱਚੇ ਪੈਦਾ ਕਰਦੀ ਆ, ਆਪਣੇ ਰਿਪ੍ਰੋਡਕਟਿਵ ਟਾਈਮ ਸਪੈਨ ਚ ਕਿੰਨੇ ਬੱਚੇ ਪੈਦਾ ਕਰਦੀ ਹੈ, ਉਹ ਉਹ ਦੋ ਜਣੇ ਰਲ ਕੇ ਕਰਦੇ ਨਾ, ਦੋ ਬੱਚੇ ਹੋ ਗਏ, ਵਿਗਿਆਨਕ ਕਹਿੰਦੇ ਆ ਕਿ ਦੋ ਤੋਂ ਥੋੜਾ ਜਿਹਾ ਉੱਪਰ ਰੱਖੋ ਤਾਂ ਜਿਹੜਾ ਸੰਤੁਲਨ ਠੀਕ ਰਹਿੰਦਾ ਯੰਗ ਪਾਪੂਲੇਸ਼ਨ ਵਰਸਿਸ ਓਲਡ ਪਾਪੂਲੇਸ਼ਨ ਦਾ, ਓਲਡ ਪਾਪੂਲੇਸ਼ਨ ਉਹਦੇ ਅੰਦਰ ਉਹ ਭਾਰੀ ਕੰਮ ਨਹੀਂ ਕਰ ਸਕਦੀ, ਜਿਹੜੇ ਕੁਛ ਭਾਰੀ ਕੰਮ ਕਰਨੇ ਹੁੰਦੇ ਆ ਜਿਹੜੇ ਕਿ ਆਰਥਿਕਤਾ 'ਚ ਬਹੁਤ ਜ਼ਰੂਰੀ ਨੇ, ਉਹ ਸਿਰਫ ਯੰਗ ਪਾਪੂਲੇਸ਼ਨ ਹੀ ਕਰ ਸਕਦੀ ਹੈ, ਯੰਗ ਪਾਪੂਲੇਸ਼ਨ ਬਹੁਤ ਐਕਟਿਵ ਹੁੰਦੀ ਹੈ ਫਿਜ਼ੀਕਲੀ, ਇਸ ਕਰਕੇ ਉਹਦੀ ਥੋੜਾ ਹਲਕਾ ਉੱਪਰ ਰੱਖੋ, ਦੈਟ ਮੀਨਸ 2.1 ਰੱਖੋ, ਮਤਲਬ ਇੱਕ ਕਪਲ ਦੇ ਦੋ ਬੱਚੇ ਜੀ। ਹਾਂ ਛੱਡ ਕੇ ਸੁਪਰ ਵਿੱਚ ਪਹਿਲਾਂ 5-5-6-6 ਸੀਗੀ, 50 ਸਾਲ ਪਹਿਲਾਂ, ਅੱਜ ਤੋਂ 50 ਸਾਲ ਪਹਿਲਾਂ ਇੰਡੀਆ ਦੀ ਵੀ ਬਹੁਤ ਹਾਈ ਸੀਗੀ, 4 ਦੇ ਨੇਤਰ ਸੀਗੀ, ਬਿਹਾਰ ਵਰਗੀ ਸਟੇਟ ਚ ਵੀ 3 ਤੇ ਆ ਗਈ ਹੈ, ਬਿਹਾਰ ਦੀ TFR ਵੀ 3 ਹੈ ਸਿਰਫ, ਬਹੁਤ ਜ਼ਿਆਦਾ ਨੀ ਹੈਗੀ, ਮੱਧ ਪ੍ਰਦੇਸ਼ ਦੀ 2.9 ਹੈ,
ਇੱਦਾਂ ਯੂਪੀ ਦੀ ਜਿਹੜੀ ਹੈਗੀ ਹੈ ਯੂਪੀ ਦੀ ਉੱਤਰ ਪ੍ਰਦੇਸ਼ ਦੀ ਬਹੁਤ ਬਹੁਤ ਜ਼ਿਆਦਾ ਨਹੀਂ ਹੈਗੀਆਂ ਤਿੰਨ ਤਿੰਨ ਬਿਹਾਰ ਦੀ ਹੈ ਫਿਰ ਉਸ ਤੋਂ ਦੋ ਨੰਬਰ ਤੇ ਮੱਧ ਪ੍ਰਦੇਸ਼ ਦੀ 2.9 ਹੈ ਫਿਰ ਰਾਜਸਥਾਨ ਦੀ 2.8 ਹੈ ਬਸ 5-6-7 ਸਟੇਟਾਂ ਦਾ ਹੈ परिवार के लेवल जो सोचा डिफरेंट ढंग ले लेने दोगलों कंफ्यूज ना करिए धरती बोझ है जिन्हों डेलीगेट्स बार 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 क्लाइमेट चेंज ना जोड़ता है बाजी के वादे बहुत ही कोरा झूठ है सब उन्होंने पता है लेकिन जान बुझ के अपना फीस देने की आबादी घटानी अभी वास्ते जान बुझ के रोंग आर्गूमेंट देकर सू बेवकूफ बनाता है इन तुम्हें पता नहीं है ये अलग गल है एक परिवार को किन्ने बच्चे पैदा करने वो परिवार डिसाइड करेगा परिवार ने एक बच्चा पैदा करना है परिवार ने बच्चा पैदा नहीं करना पश्चिमी मुल्क के अंदर अज भी कपल ने जेडे के बिना मैरिज कराए कटे रहने बिना मैरिज कराए लफज की वरते हैं अलग लफज जहा लिविंग लिव इन रिलेशनशिप हाँ लिव इन रिलेशनशिप रहने ब्याह करते ही नहीं है कट्ठे रही जाते हैं पर ना ब्याह करते ना बच्चा पैदा करते हैं उस तो अगर दो नंबर से पेरेंट्स ने ब्याह कर लेंगे पर बच्चा नहीं पैदा करते फिर वह पेरेंट्स ने ब्याह कर लेंगे एक अद्धा बच्चा पैदा करते हैं तो एदा परिवार की आजादी है मैं वो खिलाफ नहीं बोल रहा वह हर परिवार की हर जोड़े की हर दंपति की अपनी आजादी है कि वह किन्ने बच्चे पैदा करना चाहता है हाँ बायोलॉजिकली जे तुसी स्पिरिचुअल हो जे तुसी स्पिरिचुअल हो जे तुसी कुदरत पक्षी हो तो फिर तुहानू दो बच्चे घट्टो घट पैदा करने चाहिए जे तुसी स्पिरिचुअल हो तो जे तुहाडी अदरवाइज तुसी अपनी सिर्फ यानी मैं तो अपने क्रिमिनल्स देखूंगा क्रिमिनल हिसाब से तुहाडी खुशी है तुहानू किसी नू फोर्स नहीं कर सकता कोई बंदा कि तुसी जरूर दो बच्चे पैदा करो तीन दे अंदर ला जोर लिया पहला जदों उन्होंने एक बच्चा किया उदों परिवारों ने रिएक्शन किया भी असी एक बच्चा क्यों करिए फिर हूँ एक तो रोक आदि हो गए हूँ कहते दो करो हूँ कहते अभी दो क्यों करिए बना ली उन्होंने दंपति ने भी तो इस करके कोई अपन दिक्कत नहीं है वो हर जोड़े की अपनी एक आजादी है कि एक बच्चा करना है कि दो बच्चे करने कि नहीं करना कि विह नहीं करवा सारा बंदे की आजादी है वो गल ही अलग है वह परिवार ने अपना देखना कि वह जमीन वाले परिवार ने अपना देखना है हम देखो पंजाब के अंदर अज भी तुम निगाह मार के देखो अज तो थोड़ी जी नौकरियां घट मिलने लग गई ना इस तो तुम पिछे चले जाओ जो मैनू मैं यंग सीगा तो सानू नौकरियां मिल रही थी तो परिवार वो संपन्न सीगे जिन्हां परिवारां च दो पुत्र सीगे या तीन पुत्र सीगे एक पुत्र खेती कर रहा सीगा ते दो पुत्र नौकरी च हुंदे सीगे पढ़ लिख के वो सब तो पिंड के अंदर जिन्हों कहिंदे आ क्योंकि होर तो पैसा आउंदा नहीं सीगा जां तां नौकरी हुंदी सीगी जां खेती हुंदी सी तो तुसी देखोगे अपने पिंडां दे अंदर बहुत सारे वो परिवार ने जिन्हें परिवार का एक जी जिहड़ा एक मुंडा वो तो खेती कर रहा है एक जां दो मुंडे नौकरी च ने तो सब तो जिन्हों कहिंदे आ अमीर परिवार गिणिया जांदा सीगा तो एक जरूरी नहीं है भी हुण दिक्कत आ गई कि इंप्लॉयमेंट ही है नहीं तो इस करके हुण संकट खड़ा हो गया कि जे तुसी दो मुंडे कर ले दो मुंडे हो गए तो तुहाडी जमीन पहले ही घट है अगे दो च वंडी जाएगी फिर वह समस्या खड़ी हो जाएगी तो वो चलो अपन कोई दिक्कत नहीं अपन हर परिवार ने अपनी आर्थिकता देखनी है अपना जरा सोचने का नजरिया देखना है अपना सभ्याचार देखना अपनी खुशी देखनी है बहुत सारी गल्ला ने गल वक्री है जिस तक सवाल है कि पढ़ाई लिखाई के मौके घट ने मैनेजमेंट का मसला है पढ़ाई लिखाई के मौके क्यों घट होने चाहिए जो कुछ गल्ला ने सू फ्री होनी चाहिए ने हर कंट्री जिम्मे हम किसान अंदोलन चल रहा है सू तीन चीजा फ्री मंगनिया चाहिए ने फ्री सिक्ख्या फ्री हैल्थ और फ्री जस्टिस सिस्टम ये जे तुहाडे नाल कोई धक्का हो जाता है तो तुहानू अगर तुसी इंसाफ लैना कोर्ट जाके तो तुहानू लखां रुपये फीस नहीं देनी चाहिए वो सानू फ्री जस्टिस सिस्टम मिलना चाहिए हर जस्टिस लैना हर बंदे का मुढ़ला अधिकार है लेकिन वो थ्रेटिकल है हर बंदे का मुढ़ला अधिकार है कि उन्हें बच्चे पढ़ाई लिखाई का करावे हर बंदे का मुढ़ला अधिकार है कि जो बीमार हो जाए तो सेहतमंद हो लेकिन कागजा च रह गया
तो तीन चीजा सानू अगर बोलन वड्डा हुंदा है सानू तीन चीजा मंगनिया चाहीदियां ने कि कोई सेहत बंदा बीमार हुंदा तां कोई खर्चा नहीं होना चाहिए बंदा बंदे ने अपने बच्चे पढ़ाने क्योंकि उस बच्चे ने जाके समाज नूं देना है कुछ समाज नूं देने लई ओह कर रहा है मेरे लिए समाज सेहतमंद रहना तो समाज का काम करना उन्हें क्योंकि पैरासाइट नहीं है बीमार पहली गल तो हो गई क्यों जो बीमार हो रहा है तो उन्हें तंदुरुस्त करना समाज की जिम्मेवारी है सब बच्चों को पढ़ा के रुजगार के लायक बनाना समाज की जिम्मेवारी है तो जे किसी ना बेइंसाफी हो जाती है तो वह समाज की जिम्मेवारी है कि वह उन्होंने इंसाफ मिले फ्री तो यह तीन चीजें अपन फ्री मंगनिया पैण मंगा असि जद कद कद अंदोलन होंगे बंदा लाख कमा करोड़ कमा स्कूल एको जे हो हस्पताल एको जे हो पर एड सोर्स जिम्मे कनेडा वगैरा चाहे ओनू फॉलो करके एड सोर्स टैक्स कट लो उन्होंने गुरुकुल दी परंपरा सी सारी ओ कहंदी ऐ सी बहुत जरूरी समझ जरूरी है कि कुदरत दी नजरां च अमीर ते गरीब कोई नहीं है कुदरत ने सब नूं बराबर पैदा किया और बराबर दी अपॉर्चुनिटी बराबर दे हक लैणा उहनां दा इक मुढला हक है मैं पूरी मीटिंग तो अटेंड नहीं की डॉक्टर साहब पर विषय मेनू इंटरेस्टिंग लग्या भी मतलब आप कह रहे हैं कि वधदी जनसंख्या जिहड़ी है वो बोझ नहीं है काफी हद तक डॉक्टर साहब जिवें आपां रीजनल लैवल ते कहीए भी इंडिया दी एज ए होल जे आपां जिवें गल कीती है कि आबादी उन्नी तेजी नाल नहीं वध रही चलो वो एक इशू हो गया डॉक्टर साहब की असी इस चीज नूं जिम्मेवार नहीं ठहरा सकते कि ह्यूमन डिवेलपमेंट जिहड़ी हो रही है उहदे नाल क्लाइमेट चेंज या स्पीशीज का जिहड़ा एक्सटिंक्शन वगैरह फॉरेस्ट क्लीयर कर रहे हैं असी साडी डिवेलपमेंट मतलब अपने आप च की क्लाइमेट दे लई खतरा नहीं है डॉक्टर साहब मैं ये पॉइंट एक मतलब जानना चाहुंदा सी चलो वो एक पॉइंट हो गया कि साडी आबादी जिहड़ी है वह हुण उन्नी तेजी नाल नहीं वध रही पर की ह्यूमन दी जिहड़ी पॉपुलेशन एज ए मतलब होल पास्ट टाइम च वधी लगा लईए जे आपां महंगाई होने करके बच्चों की पढ़ाई महंगी हो गई पढ़ाने औखी हो जाते
ਤੇ ਮੈਨੂੰ ਇਹ ਲੱਗਦਾ ਹੁੰਦਾ ਹੈ ਵੀ ਪੜ੍ਹਾਈ ਨਾਲ ਤਾਂ ਸਗੋਂ ਉਲਟਾ ਨੁਕਸਾਨ ਹੀ ਹੋ ਰਿਹਾ, ਫਾਇਦਾ ਨਹੀਂ ਹੋ ਰਿਹਾ। ਸਭ ਤੋਂ ਪਹਿਲਾਂ ਤਾਂ ਸਾਡੀ ਪੜ੍ਹਾਈ ਦੇ ਕਰਕੇ ਬੱਚਿਆਂ ਦੀ ਸਿਹਤ ਗਈ, ਕਿਉਂਕਿ ਜਿਹੜੇ ਇਹ ਸਿੱਖਿਆ ਦਾ ਮਾਡਲ ਦਿੱਤਾ ਗਿਆ, ਛੋਟੇ ਛੋਟੇ ਬੱਚਿਆਂ ਦੇ ਪੜ੍ਹਾਈ ਦਾ ਬੋਝ ਹੀ ਇੰਨਾ ਜ਼ਿਆਦਾ ਪਾ ਦਿੱਤਾ ਜਾਂਦਾ ਹੈ ਕਿ ਸਿਹਤ ਦਿਮਾਗੀ ਤੌਰ 'ਤੇ ਵੀ ਉਹਨਾਂ 'ਤੇ ਲੋਡ ਹੀ ਪੈ ਗਿਆ। ਜੇ ਸਿਹਤ ਹੈ ਤਾਂ ਫਿਰ ਸਭ ਕੁਛ ਹੀ ਹੈਗਾ, ਜੇ ਸਿਹਤ ਨਹੀਂ ਹੈਗੀ ਤਾਂ ਬਾਕੀ ਤਾਂ ਸਾਰੀਆਂ ਗੱਲਾਂ ਫਜ਼ੂਲ ਹੀ ਨੇ। ਉਸ ਤੋਂ ਬਾਅਦ ਜਿਹੜਾ ਨਾ ਇਹਨੂੰ ਸਾਡੇ ਜਿਹੜਾ ਹੈਗਾ ਪਿਤਾ ਪੁਰਖੀ ਜਿਹੜਾ ਨਾ ਕਿਰਤ ਕਰਨ ਵਾਲਾ ਸਿਧਾਂਤ ਸੀਗਾ, ਉਹਦੇ ਨਾਲ ਸਾਨੂੰ ਤੋੜ ਦਿੰਦੀ ਹੈ ਜੀ ਇਹ ਪੜ੍ਹਾਈ। ਉਸ ਤੋਂ ਬਾਅਦ ਅੱਜ ਕੱਲ੍ਹ ਦੇ ਜ਼ਮਾਨੇ ਤਾਂ ਇਹ ਆ, ਅੱਗੇ ਤਾਂ ਚਲੋ ਨੌਕਰੀ ਵਾਲਾ ਕੰਮ ਹੈਗਾ ਸੀਗਾ, ਮੈਂ ਇਹ ਵੇਖਿਆ ਵੀ 80 ਦੇ ਵਿੱਚ ਸਾਨੂੰ ਜਿਹੜਾ ਮਾਸਟਰ ਪੜ੍ਹਾਉਂਦਾ ਸੀ ਨਾ ਸ਼ਰਮਾ, ਤੇ ਉਹ ਜਦੋਂ ਸਾਈਕਲ ਤੇ ਆਉਂਦਾ ਸੀ ਫਿਰੋਜ਼ਪੁਰ ਤੋਂ ਸਾਡੇ ਤੋਂ ਸਾਗ ਮੂਲੀਆਂ ਵਗੈਰਾ ਲੈ ਕੇ ਜਾਂਦਾ ਸੀ, ਤੇ ਅਸੀਂ ਬੜੇ ਸ਼ੌਂਕ ਨਾਲ ਪੱਟ ਕੇ ਦਿੰਦੇ ਸੀ। ਤੇ ਉਹਨਾਂ ਦੀ ਨੌਕਰੀ ਦੇ ਵਿੱਚ ਤਨਖਾਹ ਜਿੰਨੀ ਕੁ ਹੁੰਦੀ ਸੀ ਨਾ, ਉਹਨੂੰ ਵੇਖ ਕੇ ਕੋਈ ਜੱਟ ਨਹੀਂ ਸੀ ਚਾਹੁੰਦਾ ਵੀ ਮੇਰਾ ਜਿਹੜਾ ਬੇਟਾ ਹੈ ਉਹ ਲੱਗੇ ਟੀਚਰ ਲੱਗੇ। ਹੋਇਆ ਕਿ ਇਹ ਵੀ ਉਦੋਂ ਨਾਲੋਂ 250 ਤੋਂ 300 ਗੁਣਾ ਤਨਖਾਹਾਂ ਵਧਾ ਦਿੱਤੀਆਂ ਗਈਆਂ, ਜਦਕਿ ਜਿਹੜਾ ਹੈਗਾ ਜਦੋਂ ਸਾਨੂੰ ਕਣਕ ਝੋਨੇ ਦਾ ਵੀ ਰੇਟ ਨਹੀਂ ਸੀ ਦਿੱਤਾ ਗਿਆ, ਜਦੋਂ ਆਹ ਜਿਵੇਂ 3 ਕਾਨੂੰਨ ਮੰਗੇ ਨਹੀਂ ਸੀ ਨਾ, ਤੇ ਇਹ 3 ਕਾਨੂੰਨ ਆ ਗਿਆ, ਕਿਸੇ ਨੇ ਕਣਕ ਝੋਨੇ ਦਾ ਰੇਟ ਮੰਗਿਆ ਹੀ ਨਹੀਂ ਸੀਗਾ। ਤੇ ਇਹ ਡਾਕਟਰ ਸਾਹਿਬ ਰਾਣੇ ਆਪਾਂ ਨੂੰ ਦੱਸਿਆ ਹੈ ਵੀ ਅਨਾਜ ਦੀ ਤਾਂ ਸ਼ੋਰਟੇਜ ਆਈ ਨਹੀਂ ਸੀਗੀ, ਕਣਕ ਦੀ ਸ਼ੋਰਟੇਜ ਵਿਖਾਈ ਗਈ ਸੀ, ਇੱਕ ਕੱਲੀ ਕਣਕ ਨਹੀਂ ਸੀ, ਇੱਥੇ ਤਾਂ ਆਪਣੇ ਕੋਲ ਕਿੰਨੇ ਅਨਾਜ ਸੀਗੇ, ਤੇ ਚਲੋ ਉਹ ਸ਼ੋਰਟੇਜ ਵਿਖਾ ਦਿੱਤੀ ਗਈ। ਤੇ ਉਹ ਹੋਇਆ ਕੀ ਵੀ ਤਨਖਾਹਾਂ ਆਪਣੀਆਂ ਵਧਾ ਕੇ ਉਦੋਂ ਆਪਾਂ ਨੂੰ ਥੋੜਾ ਜਿਹਾ ਲਾਲਚ ਦੇ ਤਾ ਰੇਡੀਓ ਰਾਹੀਂ ਟੀਵੀ ਰਾਹੀਂ ਆਪਣੀਆਂ ਲੋੜਾਂ ਵਧਾ ਤੀਆਂ। ਉਹ ਲੋੜਾਂ ਦੇ ਪਿੱਛੇ ਭੱਜਣ ਦੀ ਖਾਤਰ ਆਪਾਂ ਇਹ ਬੱਚਿਆਂ ਨੂੰ ਆਖਿਆ ਤੁਸੀਂ ਵੱਡੇ ਹੋ ਕੇ ਡਾਕਟਰ ਬਣਨਾ ਹੈ ਜੀ, ਇੰਜੀਨੀਅਰ ਬਣਨਾ ਹੈ। ਉਹ ਡਾਕਟਰ ਇੰਜੀਨੀਅਰ ਤਾਂ ਜ਼ਰੂਰ ਬਣ ਗਏ, ਪਰ ਉਹ ਆਪਦੇ ਕਿਰਤ ਨਾਲ ਟੁੱਟ ਗਏ, ਆਪਦਾ ਜਿਹੜਾ ਪਿਤਾ ਪੁਰਖੀ ਕੰਮ ਨਾਲ ਉਹ ਟੁੱਟ ਗਏ ਬਿਲਕੁਲ। ਹੁਣ ਮੈਂ ਤੁਹਾਨੂੰ ਇੱਕ ਉਦਾਹਰਨ ਦੇਣਾ ਚਾਹਾਂਗਾ। ਪਿਛਲੇ ਦਿਨ ਕੁਛ ਸਾਥੀ ਸੀ ਸਾਡੇ ਨਾਲ, ਅਸੀਂ ਨੱਤ ਪਿੰਡ 'ਚ ਗਏ, ਉੱਥੇ ਪ੍ਰਦੀਪ ਹੋਰਾਂ ਦਾ ਮਾਡਲ ਵੇਖਿਆ, ਜਿੱਥੇ ਉਹਨਾਂ ਨੇ ਖੇਤ ਦੇ ਵਿੱਚ ਕੁਛ ਕਰਦੇ ਪਏ ਸੀਗੇ। ਉਹ ਵੀ ਬੜੇ ਇੰਟਰਸਟਡ ਸੀਗੇ, ਸਮਾਜ ਸੇਵੀ ਵੀ ਨੇ, ਮਤਲਬ ਇਹ ਚਾਹੁੰਦੇ ਨੇ ਕਿ ਇਹ ਮਾਡਲ ਅੱਗੇ ਵਧੇ। ਉਸ ਤੋਂ ਇਲਾਵਾ ਡਾਕਟਰ ਮਾਨ ਸਾਹਿਬ ਹਰੀ ਵੀ ਆਪਾਂ ਨੂੰ ਪਤਾ ਹੈ ਵੀ ਇਹ ਬਿਲਕੁਲ ਇੰਟਰਸਟਡ ਨੇ, ਇਹਦੇ 'ਚ 1% ਵੀ ਕੋਈ ਇਹਨਾਂ 'ਚ ਸ਼ੱਕ ਵਾਲੀ ਗੱਲ ਨਹੀਂ। ਸਮਾਜ ਸੇਵੀ ਨੇ, ਸਾਰਾ ਪਰਿਵਾਰ ਹੀ ਲੱਗੇ ਹੋਏ ਨੇ, ਮੈਂ ਉਦੋਂ ਮਿਲ ਕੇ ਆਏ ਹਾਂ ਜਿੱਦਣ ਇਹਨਾਂ ਦੇ ਖੇਤੀਬਾੜੀ ਸਤਸੰਗ ਕੀਤਾ। ਹੁਣ ਉਹ ਪ੍ਰਦੀਪ ਹਰੀ ਫਿਰ ਵੀ ਕਿਰਤ ਨਾਲ ਜੁੜੇ ਹੋਏ ਆ, ਇਹ ਸਾਰਾ ਪਰਿਵਾਰ ਕਿਰਤ ਨਾਲ ਟੁੱਟ ਗਿਆ ਸੀ। ਇਹਨਾਂ ਨੇ ਆਪਦੇ ਮੈਨੇਜਰ ਦੀ ਡਿਊਟੀ ਲਾਈ ਸੀ ਵੀ ਤੂੰ ਪਾਣੀ ਲਾਉਣਾ ਹੈ, ਮੈਨੇਜਰ ਨੇ ਬੈੱਡਾਂ ਤੇ ਪਾਣੀ ਚੜਾ ਛੱਡਿਆ ਸੀਗਾ। ਇਹਨਾਂ ਨੂੰ ਹੁਣ ਜਿਹੜਾ ਕਿਰਤ ਨਾਲ ਜਿਹੜਾ ਡਾਕਟਰ ਦੇ ਪਰਿਵਾਰ ਨੂੰ ਜਿਹੜਾ ਜੁੜਨਾ ਹੈ, ਇਹ ਬੜਾ ਔਖਾ ਹੋ ਜਾਣਾ। ਉਹ ਕਿਰਤ ਨਾਲ ਜੇ ਜਿਹੜੇ ਨੇ ਨਾ ਉਹ ਟੁੱਟੇ ਨਹੀਂ ਸੀ ਚੰਗੀ ਤਰ੍ਹਾਂ, ਉਹ ਜੁੜੇ ਹੋਏ ਆ। ਤੇ ਜਿਹੜਾ ਕਿਰਤ ਨਾਲ ਜੁੜਿਆ, ਸਭ ਤੋਂ ਪਹਿਲੀ ਗੱਲ ਤਾਂ ਉਹਨਾਂ ਦੇ ਪਰਿਵਾਰ ਦੀ ਸਿਹਤ ਹੀ ਵਧੀਆ ਹੈਗੀ ਹੈ। ਉਸ ਤੋਂ ਬਾਅਦ ਜਦੋਂ ਆਪਾਂ ਨੂੰ ਪਤਾ ਲੱਗਦਾ ਜਿਹੜੇ ਜਿਹੜੇ ਬੰਦੇ ਕੁਦਰਤੀ ਖੇਤੀ ਕਰਦੇ ਆ, ਇਸ ਸਿਧਾਂਤ ਤੇ ਖੇਤੀ ਕਰਦੇ ਆ ਫਗਵਾੜਾ ਤਕਨੀਕ ਨਾਲ, ਤੇ ਉਹ ਅਸਲ ਦੇ ਵਿੱਚ ਜਿਵੇਂ ਕੁਦਰਤ ਨਾਲ ਗੱਲਾਂ ਕਰਦੇ ਆ, ਵਾਕਈ ਜਿਹੜੇ ਇਹ ਆਪਣੀ ਖੇਤੀ ਗੱਲਾਂ ਕਰਦੀ, ਇੰਨਾ ਕੁ ਇੰਟਰਸਟ ਬਣਦਾ ਜਿਹੜਾ ਉਹਨਾਂ ਨੂੰ ਐਂ ਲੱਗਦਾ ਹੈ ਜਿਹੜੇ ਜਿਹਨਾਂ ਇੱਧਰਲੇ ਪਾਸੇ ਧਿਆਨ ਹੋ ਗਿਆ ਵੀ ਸਾਨੂੰ ਕੋਈ ਅਮਰੀਕਾ ਕਨੇਡਾ ਦੀ ਜਾਂ ਕਿਸੇ ਤਰ੍ਹਾਂ ਦੀ ਨੌਕਰੀਆਂ ਦੀ ਲੋੜ ਹੀ ਨਹੀਂ ਹੈਗੀ, ਇਹ ਤਾਂ ਸਾਡਾ ਸਿਸਟਮ ਹੀ ਬੜਾ ਵਧੀਆ, ਇਹਦੂ ਵਧੀਆ ਤਾਂ ਕੋਈ ਕੰਮ ਹੋ ਹੀ ਨਹੀਂ ਸਕਦਾ ਵੀ ਅਸੀਂ ਇੱਕ ਦਾਣਾ ਲਾਈਏ ਤੇ ਉਹਦੇ ਚੋਂ ਘੱਟੋ ਘੱਟ ਵੀ 50 ਸਿੱਟੇ ਪੈਦਾ ਹੋ ਜਾਣ, ਤੇ 50 ਸਿੱਟਿਆਂ 'ਚ ਗਾਂ 120 ਵੀ ਦਾਣੇ ਹੋਣ, ਤੇ ਇਹਦੇ ਉੱਤੇ ਵਧੀਆ ਕੀ ਹੋ ਸਕਦਾ। ਨਾਲੇ ਅਸੀਂ ਘਰ ਦੇ ਵਿੱਚ ਰਹਿ ਕੇ ਜਿਹੜਾ ਆਪਦਾ ਕੰਮ ਕਰਦੇ ਹਾਂ ਉਹ ਗੱਲ ਵੱਖਰੀ ਹੈ ਕਿ ਅਸੀਂ ਆਪਦੀਆਂ ਲੋੜਾਂ ਵਧਾ ਲਈਆਂ ਨੇ, ਆਪਦਾ ਸਿਸਟਮ ਜਿਹੜਾ ਸਾਨੂੰ ਕਮਰਸ਼ੀਅਲ, ਖੇਤੀ ਵੀ ਕਮਰਸ਼ੀਅਲ ਕਰਤੀ, ਪੜ੍ਹਾਈ ਵੀ ਕਮਰਸ਼ੀਅਲ ਕਰਤੀ, ਇਹ ਸਿੱਖਿਆ ਦਾ ਮਾਡਲ ਜਿਹੜਾ ਕਮਰਸ਼ੀਅਲ ਕੀਤਾ ਨਾ, ਉਹਦੇ ਕਰਕੇ ਜਿਹੜੀ ਨਾ ਇਹ ਵੱਡੀ ਮੁਸ਼ਕਲ ਆ ਰਹੀ। ਪਹਿਲਾਂ ਜਿਹੜੀ ਸਿੱਖਿਆ ਸੀ ਨਾ, ਜਿਹੜੀ ਆਪਾਂ ਸਾਰਿਆਂ ਨੇ ਪਿਛਲੇ ਦਿਨ ਵੀਡੀਓ ਵੀ ਸੁਣੀ ਹੈ ਵੀ ਪਹਿਲਾਂ ਪੰਜਾਬ ਦੇ ਵਿੱਚ ਕੋਈ ਅਨਪੜ੍ਹ ਹੀ ਨਹੀਂ ਹੁੰਦਾ ਸੀਗਾ, ਤੇ ਉਦੋਂ ਅਨਪੜ੍ਹ ਕਿਉਂ ਨਹੀਂ ਹੁੰਦੇ ਸੀਗੇ, ਵੀ ਉਹਨਾਂ ਨੂੰ ਕੀ ਹੁੰਦਾ ਸੀ ਵੀ ਕਿਰਤ ਨਾਲ ਤਾਂ ਆਪਦਾ ਆਪੋ ਆਪਦੇ ਪਿਤਾ ਪੁਰਖੀ ਸਾਰੇ ਕੰਮ ਕਰਦੇ ਸੀ, ਬੇਰੁਜ਼ਗਾਰ ਹੁੰਦਾ ਹੀ ਨਹੀਂ ਸੀਗਾ। ਤੇ ਉਦੋਂ ਗਾਂ ਅਗਲੀ ਸਿੱਖਿਆ ਦਿੱਤੀ ਜਾਂਦੀ ਸੀ ਸਮਾਜ ਪ੍ਰਤੀ ਵੀ ਕਿਵੇਂ ਤੁਸੀਂ ਸਮਾਜ ਦੇ ਪ੍ਰਤੀ ਰਹਿਣਾ ਹੈ, ਜਿਵੇਂ ਸਰਬੱਤ ਦਾ ਭਲਾ ਆਪਣੇ ਧਰਮ ਦੱਸਦੇ ਵੀ ਸਰਬੱਤ ਦਾ ਭਲਾ ਹੈਗਾ ਤੇ ਸਾਡਾ ਤਾਂ ਆਟੋਮੈਟਿਕ ਹੈਗਾ, ਉਹ ਸਿੱਖਿਆ ਉਸ ਵਾਸਤੇ ਦਿੱਤੀ ਜਾਂਦੀ ਸੀ। ਹੁਣ ਜਿਹੜੀ ਇਹ ਸਿੱਖਿਆ ਦਾ ਮਾਡਲ ਇੰਨਾ ਗਲਤ ਹੋ ਗਿਆ ਹੈ ਨਾ ਕਿ ਇਹ ਲੱਗਦਾ ਹੈ ਵੀ ਸਿੱਖਿਆ ਜੇ ਆਪਦੇ ਬੱਚਿਆਂ ਨੂੰ ਦਵਾਉਣੀ ਹੈ ਤੇ ਅਸੀਂ ਪੈਸਾ ਇਕੱਠਾ ਕਰਨ ਦੀ ਖਾਤਰ ਦਵਾਉਣੀ ਹੈ, ਵੀ ਕਿਸੇ ਸਿੱਖਿਆ ਦੇ ਵਿੱਚ ਇਹੋ ਜਿਹਾ ਨਹੀਂ ਹੈਗਾ ਵੀ ਜਿਹਦੇ ਨਾਲ ਆਪਾਂ ਆਖੀਏ ਵੀ ਸਿੱਖਿਆ ਇਹ ਲੈਣ ਨਾਲ ਕਿਸੇ ਬੱਚੇ ਨੂੰ ਸਮਝ ਆਉਂਦੀ ਹੋਵੇ ਜਾਂ ਇਹ ਕਿਰਤ ਨਾਲ ਜੁੜਦਾ ਹੋਵੇ। ਤੇ ਇਸ ਕਰਕੇ ਇਹ ਪੜ੍ਹਾਈ ਵਾਲਾ ਮਾਡਲ ਫੇਲ ਹੋ ਗਿਆ। ਜਿਵੇਂ ਜਿਵੇਂ ਆਪਾਂ ਆਪਦੇ ਬੱਚਿਆਂ ਨੂੰ ਇਹ ਸਿੱਖਿਆ ਦਵਾਵਾਂਗੇ ਨਾ, ਆਪਾਂ ਨੂੰ ਫਾਇਦਾ ਨਹੀਂ ਹੋਣਾ ਚਾਹੀਦਾ, ਇਹਦਾ ਸਗੋਂ ਉਲਟਾ ਨੁਕਸਾਨ ਹੋ ਰਿਹਾ। ਉਹ ਗੱਲ ਵੱਖਰੀ ਹੈ ਕਿ ਜਿਵੇਂ ਡਾਕਟਰ ਅਮਰ ਸਿੰਘ ਯਾਦ ਹਰੀ ਜਾਂ ਆਪਣੇ
ਡਾਕਟਰ ਮਾਂ ਡਾਕਟਰ ਚਿਮਨ ਲਾਲ ਵਸ਼ਿਸ਼ਟਾ ਦੀ, ਚਲੋ ਇਹ ਪੜ੍ਹ ਲਿਖ ਕੇ ਇਹ ਸਮਾਜ ਵਾਲੇ ਸੇਵਾ ਪਾਸੇ ਲੱਗੇ ਆ, ਪਰ ਬਹੁ ਗਿਣਤੀ ਲੋਕ ਜਿਹੜੇ ਆ ਇਧਰਲੇ ਪਾਸੇ ਨਹੀਂ ਲੱਗਦੇ, ਉਹ ਇੱਕ ਵਪਾਰ ਆਪਦਾ ਬਣਾ ਲੈਂਦੇ ਆ, ਬਿਜ਼ਨਸ ਬਣਾ ਲੈਂਦੇ ਆ, ਤੇ ਜਿਹਦੇ ਕਰਕੇ ਇਹ ਸਿੱਖਿਆ ਦਾ ਜਿਹੜਾ ਨਾ, ਵੇਖੋ ਜਿੰਨੇ ਬੱਚੇ ਪੜ੍ਹਦੇ ਪਏ ਆਈਲੈਟਸ ਕਰਕੇ ਉਹ ਆਪਦੇ ਘਰੋਂ ਹੀ ਬੇਕਾਰ ਹੋਈ ਜਾਂਦੇ ਆ, ਮਾਂ ਪਿਓ ਇੱਥੇ ਰੁਲੀ ਜਾਂਦੇ ਆ, ਬੱਚੇ ਉੱਥੇ ਲੱਗੇ ਫਿਰਦੇ ਆ, ਉਹ ਸਾਰੀ ਉਮਰ ਉਹਨਾਂ ਤੋਂ ਕਿਸ਼ਤਾਂ ਹੀ ਨਹੀਂ ਲੈਣਗੀਆਂ ਲੈਣੀਆਂ ਗੀਆਂ। ਜਿਹੜੇ ਆਪਣੇ ਕਰਮਜੀਤ ਸਿੰਘ ਬਿੱਲੂ ਰਾਮ ਵਰਗੇ ਉੱਥੇ ਬੈਠੇ ਸੱਚਾਈ ਦੱਸਦੇ ਪਏ, ਪ੍ਰੋਫੈਸਰ ਨਿਤਸਿੰਘ ਸਿੰਘ ਰਾਮ ਵਰਗੇ ਇੱਥੇ ਬੈਠੇ ਆ, ਉਹ ਵਿਚਾਰੇ ਕਰਲਾਈ ਜਾਂਦੇ ਵੀ ਸਾਡੇ ਬੱਚੇ ਬਾਹਰ ਚਲੇ ਗਏ, ਸਾਡਾ ਨੁਕਸਾਨ ਹੋ ਗਿਆ, ਤੇ ਫਿਰ ਵੀ ਸਾਡੇ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਇਸ ਗੱਲ ਨੂੰ ਬੜਾ ਵੱਡਾ ਸਮਝੀ ਜਾਂਦੇ, ਬੱਚਾ ਉੱਥੇ ਚਲਾ ਜਾਂਦਾ ਹੈ, ਮਾੜੀ ਕਿਸੇ ਨੂੰ ਪੀਆਰ ਮਿਲਦੀ, ਜਾਣ ਦੀ ਮਨਜ਼ੂਰੀ ਮਿਲਦੀ ਹੈ, ਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦੇ ਆ ਵੀ ਸਾਨੂੰ ਜੀ ਸਾਡੀਆਂ ਜੜ੍ਹਾਂ ਪੱਟ ਰਹੇ, ਚ ਬੜੀ ਚੰਗੀ ਗੱਲ ਹੈ। ਉਹਨਾਂ ਤੇ ਇਹ ਚਾਹੀਦਾ ਵੀ ਅਸੀਂ ਮਜਬੂਰੀ ਬਾਅਦ ਸਾਨੂੰ ਬੱਚੇ ਬਾਹਰ ਭੇਜਣੇ ਪੈ ਰਹੇ ਆ, ਸਾਡਾ ਸਿਸਟਮ ਪਰਮਾਤਮਾ ਕਿਰਪਾ ਕਰੇ ਵੀ ਇੱਥੇ ਠੀਕ ਹੋ ਜਾਏ, ਸਾਨੂੰ ਚਲੋ ਜਾਣਾ ਹੀ ਨਾ ਪਵੇ। ਇਸ ਕਰਕੇ ਇਹ ਪੜ੍ਹਾਈ ਦਾ ਮਾਡਲ ਫੇਲ ਹੈਗਾ, ਤੇ ਇਹਦੇ ਵਾਸਤੇ ਮੈਨੂੰ ਨਹੀਂ ਲੱਗਦਾ ਵੀ ਆਪਾਂ ਨੂੰ ਕੋਈ ਬਾਹਲਾ ਧਿਆਨ ਦੇਣ ਦੀ ਇੱਧਰ ਲੋੜ ਹੈਗੀ। ਧੰਨਵਾਦ ਜੀ। ਹਾਂਜੀ ਡਾਕਟਰ ਸਾਹਿਬ। ਅੱਛਾ, ਆਪਾਂ ਜਿਹੜੀ ਗੱਲ ਦੋ ਗੱਲਾਂ ਚ ਜਿਹੜੀ ਥੋੜੀ ਜੀ ਆਪਾਂ ਥੋੜਾ ਜਿਹਾ ਗੱਲ ਰਲਗੜ ਹੋ ਰਹੀ ਹੈ ਕਿ ਇੱਕ ਪਰਿਵਾਰ ਕਿੰਨੇ ਬੱਚੇ ਪੈਦਾ ਕਰੇ ਇਹ ਉਹਦੀ ਚੋਇਸ ਹੈ, ਉਹਦੀ ਆਜ਼ਾਦੀ ਹੈ, ਉਹ ਕਰੇ। ਉਸੇ ਕਰਕੇ ਹੀ ਆਪਾਂ ਕਹਿ ਰਹੇ ਹਾਂ ਕਿ ਆਬਾਦੀ ਆਟੋਮੈਟਿਕਲੀ ਹੀ ਘਟਣੀ ਸ਼ੁਰੂ ਹੋ ਗਈ ਹੋਈ ਹੈ, ਕਿਉਂਕਿ ਪਰਿਵਾਰ ਜਿਹੜੇ ਨੇ ਅੱਜ ਸੁਰੱਖਿਆ ਹੋਰ ਥਾਵਾਂ ਤੋਂ ਲੈਣ ਦੀ ਕੋਸ਼ਿਸ਼ ਕਰ ਰਹੇ ਹੈ, ਬੱਚਿਆਂ ਤੋਂ ਸੁਰੱਖਿਆ, ਬੱਚਿਆਂ ਦੀ ਸੁਰੱਖਿਆ ਤੇ ਨਿਰਭਰ ਨਹੀਂ ਹੈਗੇ। ਪਹਿਲਾਂ ਕੀ ਸੀਗਾ, ਪਹਿਲਾਂ ਪਰਿਵਾਰ ਬੱਚਿਆਂ ਦੀ ਰਾਹੀਂ ਦੇਣ ਵਾਲੀ ਸੁਰੱਖਿਆ ਤੇ ਨਿਰਭਰ ਸੀਗੇ, ਉਹਨਾਂ ਕੋਲ ਹੋਰ ਸੁਰੱਖਿਆ ਹੈ ਹੀ ਨਹੀਂ ਸੀ ਕੋਈ। ਉਹਨਾਂ ਕੋਲ ਇੱਕੋ ਹੀ ਸੁਰੱਖਿਆ ਹੁੰਦੀ ਸੀ ਕਿ ਮੇਰੇ ਕੋਲ ਦੋ ਬੱਚੇ ਹੋਣਗੇ, ਦੋ ਪੁੱਤਰ ਹੋਣਗੇ, ਤਿੰਨ ਪੁੱਤਰ ਹੋਣਗੇ, ਤਾਂ ਮੈਨੂੰ ਉਹ ਬੁਢਾਪੇ ਚ, ਬਿਮਾਰੀ ਠਮਾਰੀ ਚ, ਆਲੇ ਵਾਲੇ ਸਮਾਜਿਕ ਤੌਰ ਤੇ ਉਹ ਜਿਹੜੀ ਹੈ ਸੁਰੱਖਿਆ ਦੇਣਗੇ। ਅੱਜ ਪਰਿਵਾਰ ਦੇ ਅੰਦਰ ਜ਼ਿੰਦਗੀ ਬਦਲ ਰਹੀ ਹੈ, ਜ਼ਿੰਦਗੀ ਦਾ ਰੰਗ ਢੰਗ ਬਦਲ ਰਿਹਾ ਸਾਰਾ, ਤਾਂ ਉਹਦੇ ਨਾਲ ਕੀ ਹੋ ਗਿਆ ਕਿ ਸੁਰੱਖਿਅਤ ਰਹਿਣ ਦੇ ਤਰੀਕੇ ਹੋਰ ਬਹੁਤ ਹੋ ਗਏ। ਪੈਸਾ ਇਕੱਠਾ ਕਰਕੇ ਆਪਾਂ ਸੁਰੱਖਿਅਤ ਰਹਿ ਸਕਦੇ ਹਾਂ, ਕੋਈ ਕਿਸੇ ਹੋਰ ਪਾਸੇ ਇਨਵੈਸਟਮੈਂਟ ਕਰਦੇ ਹਾਂ, ਕੋਈ ਬੈਂਕਾਂ 'ਚ ਜਮ੍ਹਾਂ ਕਰਾਉਂਦੇ ਹਾਂ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ, ਉਹ ਕਰਦੇ ਹਾਂ। ਬਾਕੀ ਕੋਈ ਸਰਕਾਰਾਂ ਤੋਂ ਅਸੀਂ ਡਿਮਾਂਡ ਕਰਦੇ ਹਾਂ ਵੀ ਤੁਸੀਂ ਜੀ ਕਰੋ, ਕੋਈ ਇੰਸ਼ੋਰੈਂਸ ਕਰਾਉਣ ਦਾ, ਤਾਂ ਇਸ ਕਿਸਮ ਦੇ ਜਿਹੜੇ ਹੋਰ ਤਰੀਕੇ ਹੈਗੇ ਆ। ਇਸ ਕਰਕੇ ਉਹ ਪਰਿਵਾਰ ਦੀ ਆਪਣੀ ਨਿੱਜੀ ਹੈ, ਇਸੇ ਕਰਕੇ ਉਸੇ ਕਰਕੇ ਹੀ ਪਰਿਵਾਰ ਜਿਹੜਾ ਬੱਚੇ ਘੱਟ ਪੈਦਾ ਕਰਦਾ, ਤੇ ਇਸੇ ਕਰਕੇ ਆਬਾਦੀ ਮੈਂ ਕਹਿ ਰਿਹਾ ਕਿ ਘੱਟ ਰਹੀ ਹੈ। ਆਪਣਾ ਤਾਂ ਕੋਈ ਵਿਰੋਧ ਨਹੀਂ ਹੈ ਇਸ ਗੱਲ ਦਾ। ਆਪਾਂ ਮੈਂ ਇਹ ਨਹੀਂ ਕਹਿ ਰਿਹਾ ਕਿ ਆਬਾਦੀ ਐਂਡਲੈਸਲੀ ਵਧੀ ਜਾਵੇ ਤੇ ਕੋਈ ਚੰਗੀ ਗੱਲ ਹੈ। ਆਪਾਂ ਕਹਿ ਰਹੇ ਹਾਂ ਕਿ ਆਬਾਦੀ ਦਾ ਰੌਲਾ ਜਿਹੜਾ ਪਾਇਆ ਜਾ ਰਿਹਾ ਉਹ ਰੌਲਾ ਹੀ ਗਲਤ ਹੈ। ਮੈਂ ਨਹੀਂ ਕਹਿ ਰਿਹਾ ਕਿ ਆਬਾਦੀ ਵਧੀ ਜਾਵੇ ਤਾਂ ਕੋਈ ਫਰਕ ਨਹੀਂ ਪੈਂਦਾ, ਇਹ ਤਾਂ ਆਰਗੂਮੈਂਟ ਹੀ ਨਹੀਂ ਹੈ ਆਪਣਾ। ਆਪਣਾ ਆਰਗੂਮੈਂਟ ਤਾਂ ਇਹ ਹੈ ਕਿ ਆਬਾਦੀ ਵੱਧ ਹੀ ਨਹੀਂ ਰਹੀ। ਸਾਇੰਟਿਫਿਕ ਐਵੀਡੈਂਸ ਇਹ ਕਹਿ ਰਹੀ ਹੈ ਕਿ 2050 ਤੇ ਆ ਕੇ ਆਬਾਦੀ ਦਾ ਵਾਧਾ ਰੁਕ ਜਾਣਾ। ਜਿਹੜੀ ਥੋੜੀ ਬਹੁਤੀ ਆਬਾਦੀ ਵੱਧ ਰਹੀ ਹੈ ਜਿਹਨਾਂ ਮੁਲਕਾਂ ਦੇ ਅੰਦਰ, ਉਹਨਾਂ ਮੁਲਕਾਂ ਦੇ ਅੰਦਰ ਜਦੋਂ ਸੋਸ਼ਲ ਚੇਂਜਸ ਆ ਰਹੀਆਂ ਨੇ, ਤਾਂ ਉਹਨਾਂ ਬੰਦਾ ਪੰਜਾਬ ਦੇ ਵਿੱਚ ਦੇਖੋ ਕੌਣ ਕਰਦਾ ਬੱਚੇ ਪੈਦਾ। ਜਿਵੇਂ ਤੁਸੀਂ ਕਹਿ ਰਹੇ ਸੀ ਨਾ ਵੀ ਜ਼ਮੀਨ ਵੰਡੀ ਜਾਏਗੀ ਤੇ ਬੱਚੇ ਛੋਟੇ ਰੱਖਾਂਗੇ ਤਾਂ ਆਪਾਂ ਪਰਿਵਾਰ ਜ਼ਿਆਦਾ ਸੁੱਖ ਦੁੱਖੀ ਰਹੇਗਾ, ਤਾਂ ਬਖਰ ਹੀ ਰਹੇ ਆਪਾਂ ਬੱਚੇ ਪੈਦਾ। ਕਿਉਂਕਿ ਜੇ ਪਹਿਲਾਂ ਮੁੰਡਾ ਹੋ ਜਾਂਦਾ ਤਾਂ ਦੂਜਾ ਬੱਚੇ ਨਹੀਂ ਕਰਦੇ ਪਰਿਵਾਰ ਦੇ, ਕਹੋ ਲੱਗਦਾ ਜ਼ਮੀਨ ਵੰਡੀ ਗਈ ਤਾਂ ਹੋਰ ਰੁਜ਼ਗਾਰ ਤਾਂ ਮਿਲਣਾ ਨਹੀਂ ਕੋਈ। ਤਾਂ ਇਹ ਕਿਤੇ ਨਾ ਕਿਤੇ ਇਹ ਆਰਗੂਮੈਂਟ ਇਹ ਹੈ ਕਿ ਆਬਾਦੀ ਨਹੀਂ ਵੱਧ ਰਹੀ। ਜਿਹੜੀ ਵੱਧ ਵੀ ਰਹੀ ਹੈ ਉਹ ਅਰਜੀ ਤੋਂ ਅਰਜੀ ਹੈ, ਤੇ 2050 ਤੱਕ ਜਾਂਦੇ ਜਾਂਦੇ ਹੋਰ 30 ਸਾਲਾਂ 'ਚ ਉਹਨੇ ਆਪਣੇ ਆਪ ਸਟੇਬਲ ਹੋ ਜਾਣਾ। ਰੌਲੀ ਪਾਉਣ ਦੀ ਲੋੜ ਨਹੀਂ ਹੈ, ਰੌਲੀ ਪਾਉਣ ਦੀ ਲੋੜ ਨਹੀਂ ਹੈ। ਲੋਕਾਂ ਦੇ ਅਜੀਬ ਅਜੀਬ ਜਿਹੜੀਆਂ ਜੈਨੇਟਿਕਲੀ ਮੋਡੀਫਾਈਡ ਫਸਲਾਂ ਲੈ ਕੇ ਆਉਣੀਆਂ ਨੇ ਤੇ ਵੈਕਸੀਨੇਸ਼ਨ ਲਿਆਉਣਾ ਹੈ ਤੇ ਇਹੋ ਜਿਹੇ ਖੇਕਣ ਨੇ ਪਾਪੂਲੇਸ਼ਨ ਦਾ ਆਬਾਦੀ ਨੂੰ ਮਰਨਾ ਹੈ ਅਸੀਂ, ਇਹੋ ਜਿਹੀ ਕੋਈ ਜ਼ਰੂਰਤ ਨਹੀਂ ਹੈ, ਇਹੋ ਜਿਹਾ ਕੋਈ ਬੋਝ ਨਹੀਂ ਹੈ। ਦੂਜੀ ਗੱਲ, ਜਿਹੜੀ ਜਿਹੜੀ ਜੇ ਆਬਾਦੀ ਦਾ ਵਾਧਾ ਆਰਜ਼ੀ ਤੌਰ ਤੇ ਹੈਗਾ ਵੀ ਹੈ ਤਾਂ ਉਹ ਕੋਈ ਬੋਝ ਨਹੀਂ ਹੈ। ਇਸ ਵੇਲੇ ਦੁਨੀਆਂ ਦੇ ਅੰਦਰ ਫੂਡ ਪੈਦਾ ਕਰਨ ਦੇ ਇੰਨੇ ਜ਼ਿਆਦਾ ਸਾਧਨ ਵਿਕਸਿਤ ਹੋ ਗਏ ਹੈ ਕਿ ਤੁਹਾਡਾ ਮੰਤਰੀ ਤਾਂ ਸਾਡਾ ਕਹਿ ਰਿਹਾ ਸਾਡੇ ਕੋਲ 5 ਸਾਲ ਦਾ ਫੂਡ ਐਡਵਾਂਸ ਪਿਆ। ਜੇ ਆਪਣੇ ਹਿਸਾਬ ਲਾ ਲਓ ਕਿੰਨੀ ਸਮੱਸਿਆ ਆਬਾਦੀ ਨੂੰ ਫੂਡ ਪਾਉਣਾ। ਅੱਜ ਇੱਕ ਏਕੜ ਜਿਹੜਾ ਜ਼ਮੀਨ ਹੈ, ਇੱਕ ਏਕੜ ਜ਼ਮੀਨ ਜਿਹੜੀ ਘੱਟੋ ਘੱਟ 10 ਬੰਦਿਆਂ ਦਾ, 15 ਬੰਦਿਆਂ ਦਾ, 20 ਬੰਦਿਆਂ ਦਾ ਭੋਜਨ ਪੈਦਾ ਕਰ ਸਕਦੀ ਹੈ। ਇਹ ਸਾਧਨ ਇੰਨੇ ਵਿਕਸਿਤ ਹੋ ਗਏ ਹਨ। ਖੇਤਾਂ ਦੇ ਉੱਪਰ ਭੋਜਨ ਪੈਦਾ ਕਰੀ ਜਾ ਰਹੇ ਹੈ, ਲੋਕ ਗਮਲਿਆਂ 'ਚ ਪੈਦਾ ਕਰੀ ਜਾ ਰਹੇ ਹੈ, ਘਰਾਂ 'ਚ ਪੈਦਾ ਕਰੀ ਜਾ ਰਹੇ ਹੈ, ਤਾਂ ਉਹ ਐਸਾ ਨੌਲੇਜ ਇੰਨਾ ਕੁ ਥੱਲੇ ਤੱਕ ਜਾ ਚੁੱਕਿਆ ਹੈ ਕਿ ਤੁਸੀਂ ਥੋੜ੍ਹਾ ਜਿਹਾ ਮੈਨੇਜਮੈਂਟ ਦੀ ਗੱਲ ਹੈ। ਮੈਂ ਕੱਲ੍ਹ ਹੀ ਆਇਆ ਮੀਟਿੰਗ 'ਚ, ਉੱਥੇ ਸਾਡੀ ਮੀਟਿੰਗ ਸੀਗੀ ਜਿਹੜੇ ਬਰਨਾਲੇ ਜ਼ਿਲ੍ਹੇ ਦੇ ਤੇ ਹੋਰ ਆਸੇ ਪਾਸੇ ਫਰੀਦਕੋਟ ਦੇ ਜਿਹੜੇ ਆਹ ਨੇ ਤੁਹਾਡੇ ਕਿਚਨ ਗਾਰਡਨ ਵਾਲੇ ਬੰਦਿਆਂ ਨੂੰ ਮਿਲੇ ਸੀ। ਉਹ ਸਾਰੀ ਮੂਵਮੈਂਟ ਬਣ ਗਈ ਹੋਈ ਹੈ ਪਿੰਡਾਂ ਦੇ ਅੰਦਰ ਕਿ ਵੀ ਆਪਣੇ ਘਰ ਸਬਜ਼ੀਆਂ ਲਾਓ, ਤੇ ਕੋਈ ਸਬਜ਼ੀ ਬਾਹਰੋਂ ਲੈਂਦਾ ਹੀ ਨਹੀਂ ਹੈ, ਆਪਾਂ ਸ਼ੇਅਰਿੰਗ ਕਰਨੀ ਸ਼ੁਰੂ ਕਰਤੀ ਉਹਨਾਂ ਨੇ, ਆਲੇ ਦੁਆਲੇ ਸਭ ਨੇ ਸਬਜ਼ੀਆਂ ਲਾ ਰੱਖੀਆਂ ਆਪਾਂ ਆਪਣੇ ਵਿਹੜੇ 'ਚ,
जे किसी कोई चीज कोई घट हों कोई कद मुक जाती तो गुआंढ मंग लगा तो अगली बार गुआंढ गुआढ़ी दे दें तो एक किस्म का सभ्याचार मैनेजमेंट की गल है जी फूड का मसला जेदा मसला तो एक आबादी बद नहीं रही दूजी गल जो बद भी रही है आर्जी तौर पर कोई समस्या नहीं है फूड की जो चीज़ों की ऑलरेडी ग्लट है साढ़े को उल्टा चीज़ा बहुत ज्यादा पैदा हो गई ने उन्नी कंज्यूम नहीं हो रही तो हर चीज़ का हड़ आया पाया मार्केट जाके देखो हर चीज़ का हड़ है चाहे कपड़े ला लो जुत्तियां ला लो फूड ला लो तो कंज्यूम नहीं हो रहा और साढ़े वर्ग के बल्कि 40% अनाज हर साल जो चूहे खा जाते हैं वेस्ट हो जाता है खराब हो जाता है 40% अनाज मैन मिसमैनेजमेंट करके तो मैनेजमेंट करके कोई चीज़ा खरीदा बिगाड़ आना वक्री गल है आबादी का जो होना वक्री गल है जी क्लाइमेटिक चेंज न जोड़ रहे आप गल ये बिल गेट्स जोड़ रहा है कि क्लाइमेटिक चेंज आबादी के वधन करके हो रही है क्लाइमेटिक चेंज जी हो भी रही है कि साड़ा तापमान बढ़ रहा है जो जंगल कटे जा रहे हैं जो बारिशा घट रही हैं जो आबादी कोई तलक नहीं आता वो रिसोर्स की मिसमैनेजमेंट है कि तुम अपने कुदरती साधना ऐसे गंदे ढंग वरत रहे हो तो आप पहले भी गल कर चुके हैं कि कुदरत के साधन ने कौन वरत रहा गरीब नहीं वरत रहा अमीर वरत रहा एक एक अमीर बंदा 10-10 गरीब बंद के बराबर के साधन वरत रहा तो साधना के उपर जो कोई बर्डन है बोझ है तो वह जी जी जीवन का जांच है तो जीवन का ढंग है जो अमेरिकन स्टाइल ऑफ लाइफ है कि वरतो तो छड़ दो वरतो तो छड़ दो साढ़े तो इतने रिवाज ही उल्टा साढ़े दस देने भी जे पजामा फट गया तो उन्होंने कच्छा सवा लेना है कच्छा फट गया तो पौना बना लेना तो साढ़ा तो कार जी है एक बार लैली तो मुड़के सारी उम्र चली जानी है उसे अमीर का कल्चर है कि दो साल कार लेनी तो तीजे साल जी बेच के नवी लैनी है जन लेटैसट मॉडल लैना हर चीज इदा फूड जो वेस्टेज है अमेरिका च नोन है कि 40% फूड वेस्ट हो रहा छिड़ देंगे प्लेटा भरते हैं तो मुड़ के छिड़ देंगे तो वह कितने कितने जी 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 अमीर बंदे की लाइफ स्टाइल है वह बहुत ज्यादा जो है वह है तो दूजी गल मिसमैनेजमेंट है तीजी गल क्लाइमेटिक चेंज का कारण है पेट्रो बेस्ड ऑयल बेस्ड इकोनमी कि तुम इन्ना ज्यादा तेल फूक रहे हो इन्ना ज्यादा पेट्रोल से डीजल से फूक रहे हो जो अंदर जो क्लाइमेटिक चेंज हो रही है वह तलक है जंगलों तुम तबाह कर करके उ इंडस्ट्रियां लाना चाहते हो जंगलों का तबाह जंगलों को तबाह जो कर रहे हो आबादी का कोई तलक नहीं है जंगल बड़े आराम रखे जा सकते हैं आबादी भी रखी जा सकती दोनों गलत कितनी हो सकती है आबादी जंगलों काम करे जंगलों के आधारित करो जंगल 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 बेस्ड तो साड़ा समाज रहा है मुद्दा तो रहा है अब भी जंगल बेस्ड जो गरीब ने छत्तीसगढ़ के अंदर उड़ीसा के अंदर जो फॉरेस्ट बेस्ड ने जंगल उन्होंने जिन्होंने कहने रोजी रोटी है इस करके जंगलों को कटना तो कोई जरूरी नहीं है आबादी वास्ते आबादी का कोई तलक नहीं जंगल का इस करके गलां ने जो बहुत सारिया फूड शॉर्टेज की अपना गल होगी जे है हाँ जी काम का ढंग है तो पढ़ाई है हम पढ़ाई जी अज सा पढ़ाई जिन पढ़ाई जा रही है ये की कर रही है पढ़ाई पढ़ाई साढ़े बच्चों उल्टा जोड़ा है इदा का पढ़ाया जा रहा है कि किसी काम के नहीं रह रहे वो जीवन वाली पढ़ाई नहीं हैगी लाइफ ओरिएंटेड पढ़ाई नहीं हैगी एक खास किस्म के तुम पुरजे बनाने पढ़ाई कराई जाती सी पहले अंग्रेजों वाले कहते कलर्क बनाने से हूँ भी उही उही है जो चली जाती है भी जे थोड़े पर्टिकुलर फिट होने जो सरमाएदारी का सिस्टम चलता है वह फिट करने कितने ना कि तैयार किया जाता है जो फिट तुम नहीं होंगे तो तुम ढेले तो नहीं हूँ अच्छ किसान का बच्चा जो अगर पढ़ लिख जाता है तो खेती तो भी जाता है अगर दुकानदार का बच्चा पढ़ लिख जाता है तो दुकान तो भी जाता है ये किधर की खेती किधर की पढ़ाई है पढ़ाई का मतलब होंगे कि तुम बंदे जीवन जो जीना है वो हिसाब न एजुकेशन दो अच तो गल ही उल्टी है पढ़ाई थोड़ा सभ्याचार खराब कर दी है थोड़े समाजिक रिश्ते खराब कर दी है सू सैल्फिश बना है सू अपने कुत्ते तोड़ दी है सूँ जी अपने कित्ते नफरत करना सिखा है किसान के बच्चे किसानी खेती नफरत कर रहे हैं ये कितने ना कि जो है सारा वर्तारा जो पढ़ाई की मैनेजमेंट है सेम सेहत की है सेहत की मैनेजमेंट ही इन्नी गंदी है कि धंधा बनाता उन्होंने लुटना उन्होंने सेहत के राही जे जे सेहत जो आप मॉडल प्रचार रहे हैं वो 90% बीमारी होने का कारण ही खत्म हो जाएंगे 10% माड़ी मोटी 60 फिट लगी
ਜਾਂ ਕੋਈ ਵੱਧ ਬਜ਼ੁਰਗ ਹੋ ਗਏ ਜਿਹੜੇ ਬੰਦੇ ਉਹਨਾਂ ਉਹਨਾਂ ਲਈ ਕਰਨਾ ਪਏਗਾ, ਅਦਰਵਾਈਜ਼ ਤਾਂ ਕੋਈ ਕਿਸੇ ਨੂੰ ਲੋੜ ਨਹੀਂ ਬਹੁਤ ਪੈਣੀ ਚਾਹੀਦੀ ਉਹਦੀ ਸਿਹਤ ਦੀ। ਉਹ ਸਾਰੇ ਦਾ ਸਾਰਾ ਕਿਤੇ ਨਾ ਕਿਤੇ ਉਹ ਤਾਂ ਆਪਣੇ ਸਾਹਮਣੇ ਆ, ਅੱਜ ਜਿਹੜੀ ਸੋ ਕਾਲਡ ਬਿਮਾਰੀ ਆਈ ਹੈ ਐਪੀਡੈਮਿਕ ਹੈ, ਉਹਨੇ ਉਹਨੇ ਕੀ ਕੀਤਾ ਉਹਦੇ ਦੇਖੋ ਕਿੱਡਾ ਕਿੱਡਾ ਇਰਰੈਸ਼ਨਲ ਗੱਲ ਹੈ। ਉਹੀ ਮੰਤਰੀ ਕਹਿ ਰਹੇ ਕਿ ਟੀਕਾਕਰਨ ਹੋਣਾ ਚਾਹੀਦਾ ਜੇ ਬਹੁਤ ਜ਼ਰੂਰੀ ਹੈ, ਕਿ ਟੀਕਾਕਰਨ ਤੋਂ ਬਿਨਾਂ ਸਾਡਾ ਨਹੀਂ ਸਰਦਾ। ਉਹੀ ਜਿਹੜਾ ਹੈ ਉਹ ਬਾਬੇ ਰਾਮਦੇਵ ਦੇ ਉਹਦੇ ਚ ਆਯੁਰਵੈਦਿਕ ਦੀ ਦਵਾਈ ਦੇ ਇਨੋਗਰੇਸ਼ਨ ਚ ਵੀ ਉਹੀ ਮੰਤਰੀ ਪੜ੍ਹ ਜਾਂਦਾ ਹਰਸ਼ਵਰਧਨ ਜੀ, ਉਹਨੂੰ ਪੁੱਛੇ ਵੀ ਟੀਕਾ ਵੀ ਲਵਾਓ, ਬਾਬੇ ਰਾਮਦੇਵ ਦੀ ਦਵਾਈ ਵੀ ਖਾਓ, ਮਾਸਕ ਵੀ ਲਾਓ, ਸੋਸ਼ਲ ਡਿਸਟੈਂਸਿੰਗ ਵੀ ਕਰੋ, ਤੇ ਫਿਰ ਕਿਹੜੀ ਗੱਲ ਤੁਹਾਡੀ ਕਿਹੜੀ ਦਲੀਲ ਮੰਨੀ ਅਸੀਂ? ਜੇ ਬਾਬੇ ਰਾਮਦੇਵ ਦੀ ਦਵਾਈ ਇਫੈਕਟਿਵ ਹੈ ਤਾਂ ਫਿਰ ਤੁਸੀਂ ਟੀਕਾਕਰਨ ਕੌਣ ਕਰਨ ਕਿਉਂ ਕਹਿੰਦੇ? ਜੋ ਜਿਹੜਾ ਟੀਕਾ ਨਾ ਤਾਂ ਐਥੀਕਲੀ ਉਹ ਠੀਕ ਹੈ ਤੇ ਨਾ ਉਹ ਸੇਫ ਹੈ ਨਾ ਉਹ ਇਫੈਕਟਿਵ ਹੈ, ਉਹ ਵੀ ਕਿੱਡਾ ਵੱਡਾ ਫਰੋਡ ਹੈ। ਇਹ ਇਹ ਕਿਤੇ ਨਾ ਕਿਤੇ ਜਿਹੜਾ ਉਹ ਸਾਰਾ ਮਾਡਲ ਹੈ ਨਾ, ਮਾਡਲ ਗਲਤ ਹੈ, ਨਾ ਕਿ ਕੋਈ ਸਮੱਸਿਆਵਾਂ ਆਬਾਦੀ ਕਰਕੇ ਨੇ। ਤੇ ਉਹਨੂੰ ਆਬਾਦੀ ਨਾਲ ਜੋੜਤਾ ਜਾਂਦਾ, ਆਬਾਦੀ ਨਾਲ ਜੋੜਤਾ ਜਾਂਦਾ ਤਾਂ ਕਿ ਤੁਸੀਂ ਤੁਹਾਨੂੰ ਸੱਚ ਸਮਝ ਨਾ ਆਵੇ, ਸੱਚ ਨੂੰ ਲੁਕਾਉਣ ਵਾਸਤੇ, ਸੱਚ ਨੂੰ ਲੋਕਾਂ ਨੂੰ ਕਹਿਣ ਲਈ ਕਿ ਤੁਸੀਂ ਆਪ ਹੀ ਵਧੀ ਜਾਂਦੇ ਹੋ ਚੂਰਾਂ ਵਾਂਗੂ, ਅਸੀਂ ਕੀ ਕਰ ਸਕਦੇ ਹਾਂ। ਇਹ ਦਲੀਲ ਜਿਹੜੀ ਹੈ ਬਹੁਤ ਗਰੀਬਾਂ ਦੇ ਖਿਲਾਫ਼ ਵਰਤੀ ਜਾਂਦੀ ਹੈ, ਜਿਹੜੀ ਕਿ ਕੋਈ 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 ਉਹਦਾ ਸਾਇੰਟਿਫਿਕ ਬੇਸਿਸ ਨਹੀਂ ਹੈਗਾ। ਮੇਰੇ ਖਿਆਲ ਚ ਗੱਲ ਕਰੀਆ, ਇਹ ਦੁਨੀਆਂ ਚ ਜੇ ਸਭ ਤੋਂ ਵੱਧ ਹੈ ਤਾਂ ਅਫਰੀਕਨ ਮੁਲਕਾਂ ਚ ਹੈਗੀ ਆ, 6-7 ਹੈ, ਤੇ ਯੂਰਪ ਤੇ ਨੌਰਥ ਅਮੈਰੀਕਾ ਦੇ ਵਿਚ ਆਲਮੋਸਟ 1.5-2% ਤੱਕ ਹੀ ਹੈਗੀ ਆ। ਏਸ਼ੀਆ ਦੇ ਵਿੱਚ ਜੇ ਸਾਡੀਆਂ ਕੰਟਰੀਆਂ ਨੇ ਵੱਡੀਆਂ, ਉਹਨਾਂ ਚ ਮੋਸਟਲੀ 2-2 ਤੇ ਹੀ ਹੈਗੀ ਆ ਐਵਰੇਜ। ਮੈਂ ਇੰਡੀਆ ਦੀ ਵੀ ਘਟੀ ਆ, 2.4 ਸੀਗੀ, 2.2 ਹੋ ਗਈ ਹੁਣ। ਵੱਧ ਤਾਂ ਅਫਗਾਨਿਸਤਾਨ ਦੀ ਸਭ ਤੋਂ ਵੱਧ ਹੈ, ਤਾਂ ਉਹ 5 ਤੇ ਹੈ। ਇਹਦੇ ਚ ਉਹਨਾਂ ਦੇ ਠੋਸ ਰੱਖਿਆ ਨਾ ਉਹਨਾਂ ਨੇ, ਉਹ ਤਾਂ ਸਾਰੇ ਲੜਨਾ ਹੀ ਉਹਨਾਂ ਦੇ ਯੰਗ ਬੱਚਿਆਂ ਨੇ, ਉਹ ਲੜਾਈ ਤਾਂ ਲਗਾਤਾਰ ਉਹਨਾਂ ਦੀ ਲੜਾਈ ਸੁੱਚੀ ਜਾਂਦੇ ਆ। ਦੂਜੇ ਡਾਕਟਰ ਸਾਹਿਬ, ਜਿਵੇਂ ਆਪਾਂ ਗੱਲ ਕਰ ਰਹੇ ਨਾ, ਜਿਵੇਂ ਰਿਸੋਰਸ ਦੀ ਆਪਾਂ ਕਹਿੰਦੇ ਵੀ ਆਬਾਦੀ ਵੱਧ ਗਈ ਜੀ, ਰਿਸੋਰਸ ਜ਼ਿਆਦਾ ਲੈ ਕੇ, ਉਹਦੇ ਚ ਹੁਣ ਜਿਵੇਂ ਆਪਾਂ ਵੀ ਦੇਖ ਰਹੇ ਹਾਂ ਵਰਤਾਰਾ, ਚਾਹੇ ਵੀ ਗਰੀਬ ਗਰੀਬ ਹੋ ਰਿਹਾ, ਅਮੀਰ ਅਮੀਰ ਹੋ ਰਿਹਾ, ਜਿਹੜੀ ਅਨਇਵਨ ਡਿਸਟ੍ਰੀਬਿਊਸ਼ਨ ਹੈਗੀ ਰਿਸੋਰਸਿਸ ਦੀ, ਉਹ ਬਹੁਤ ਜ਼ਿਆਦਾ ਆ, ਖਾਸ ਕਰਕੇ ਆਪਣੇ ਏਸ਼ੀਅਨ ਕੰਟਰੀ ਦੇ ਵਿੱਚ ਤਾਂ ਜ਼ਿਆਦਾ ਹੈਗੀ ਆ। ਵੀ ਉੱਥੇ ਮਤਲਬ ਕਿ ਖਾਸ ਕਰਕੇ ਚਲੋ ਵੈਸਟਰਨ ਦੇ ਵਿੱਚ ਰਿਸੋਰਸ ਤਾਂ ਇਹ ਜਿਹੜੇ ਇੰਡਸਟਰੀਅਲਿਸਟ ਕਾਰਪੋਰੇਟ ਆ, ਉਹ ਅੰਨਾ ਤੋਂ ਜਿਵੇਂ ਤੁਸੀਂ ਆਖਿਆ ਹਨਾ, ਵਨ ਟਾਈਮ ਯੂਜ਼, ਉਹ ਵੇਸਟ ਬਹੁਤ ਕਰਦੇ ਨੇ ਇਹ, ਕਿਉਂਕਿ ਫੂਡ ਦੀ ਲਾ ਲਓ, ਹੋਰ ਚੀਜ਼ਾਂ ਦੀ ਹਨਾ, ਉਹ ਕਰਦੇ ਨੇ, ਕਿਉਂਕਿ ਕੁਛ ਵੀ ਕਹਿ ਲਓ ਜਿਹੜੀ ਇਹਨਾਂ ਨੇ ਡੇਟ ਲਿਖਤੀ, ਜਿਵੇਂ ਤੁਸੀਂ ਗਰੋਸਰੀ ਸਟੋਰ ਨੇ ਵੀ ਆਹ ਤਰੀਕ ਤੋਂ ਬਾਅਦ ਤੁਸੀਂ ਐਕਸਪਾਇਰ ਹੈਗੀ ਆ, ਉਹ ਡੰਪ ਕਰਦੇ ਨੇ ਸ਼ਾਮ ਨੂੰ, ਜਿਹੜੇ ਇਹਨਾਂ ਦੇ ਸਟੋਰ ਵੀ ਹੁੰਦੇ ਆ ਨਾ ਉਹ, ਤੇ ਉਹ ਚੀਜ਼ ਤਾਂ ਹੈਗੀ। ਪਰ ਇੰਡੀਆ ਦੇ ਵਿੱਚ ਖਾਸ ਕਰਕੇ ਜਿਵੇਂ ਰਿਸੋਰਸਿਸ ਦੀ ਕਮੀ ਨਹੀਂ ਹੈਗੀ, ਤੇ ਅਨਇਵਨ ਡਿਸਟ੍ਰੀਬਿਊਸ਼ਨ, ਉਹ ਲਗਾਤਾਰ ਉਹ ਚੀਜ਼ ਵਾਧਾ ਹੋ ਰਿਹਾ, ਚਾਹੇ ਅਸੀਂ ਦਿਨ ਬ ਦਿਨ ਦੇਖ ਰਹੇ ਹਾਂ ਵੀ ਮਤਲਬ ਕਿ ਚਾਹੇ ਤੁਸੀਂ ਪੈਸਾ ਉਹ 10 ਪਰਿਵਾਰਾਂ ਕੋਲ ਇਕੱਠਾ ਹੋ ਰਿਹਾ, 10 ਕੀ ਹੁਣ ਤਾਂ 2-3 ਹੀ ਰਹਿ ਗਏ ਵੱਡੇ, ਮਤਲਬ ਕਿ ਉਹ ਜਿਹੜਾ ਕਲਚਰ ਹੈਗਾ ਇੰਡੀਆ ਦੇ ਵਿੱਚ ਆਪਣੇ, ਉਹ ਕਿਤੇ ਨਾ ਕਿਤੇ ਘਾਤਕ ਹੈਗਾ। ਵੀ ਇੱਥੇ ਕੀ ਹੈ, ਸੁਣਵਾਈ ਹੈ ਨੀ, ਜਿਵੇਂ ਤੁਸੀਂ ਕਿਹਾ ਵੀ ਜਸਟਿਸ ਸਿਸਟਮ ਤਾਂ ਬਿਲਕੁਲ ਹੀ ਹੈ ਨੀਗਾ, ਜੋ ਫ੍ਰੀ ਮਤਲਬ ਕਿ ਫ੍ਰੀ ਕਰਨ ਦੀ ਗੱਲ, ਤੁਹਾਡਾ ਸੁਝਾਅ ਮਤਲਬ ਕਿ ਮੱਚ ਬੈਟਰ ਹੈਗਾ, ਕਿਉਂਕਿ ਤੁਸੀਂ ਅਫੋਰਡ ਹੀ ਨਹੀਂ ਕਰ ਸਕਦੇ। ਈਵਨ ਤੁਸੀਂ ਲੋਕਲ ਕੋਰਟ ਤਾਂ ਛੱਡੋ, ਤੁਸੀਂ ਜਿਵੇਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਦਾ, ਚੰਗੇ ਚੰਗੇ ਬੰਦੇ ਨਹੀਂ ਤੁਸੀਂ ਅਫੋਰਡ ਕਰ ਸਕਦੇ ਉਹਨਾਂ ਨੂੰ, ਜਿਹੜਾ ਤੁਸੀਂ ਇੱਕ ਧਰਾਂ ਦਾ, ਜਿਹੜਾ ਤੁਸੀਂ ਖਾਸ ਕਰਕੇ ਪਿਛਲੇ ਆਹ ਕੁਛ ਸਾਲਾਂ ਤੋਂ ਤਾਂ ਤੁਹਾਡਾ ਜਿਹੜਾ ਮੀਡੀਆ ਹਾਊਸਿਸ ਨੇ ਉਹ ਸਾਰੇ ਕਾਰਪੋਰੇਟਸ ਦੇ ਨੇ, ਤੁਹਾਡਾ ਜੁਡੀਸ਼ਰੀ ਹੈਗੀ ਆ ਉਹ ਤੁਹਾਡੀ ਕਹਿ ਲਓ ਗੱਲ ਕੋਈ ਫ੍ਰੀ ਐਂਡ ਫੇਅਰ ਨਹੀਂ ਹੈਗੀ, ਮਤਲਬ ਕਿ ਤੁਸੀਂ ਜਾਓਗੇ ਕਿੱਥੇ? ਜਿਵੇਂ ਹੁਣ ਆਪਾਂ ਸੰਘਰਸ਼ ਦਾ ਵੀ ਦੇਖ ਰਹੇ ਹਾਂ ਗੱਲ, ਕੋਈ ਸੁਣਵਾਈ ਹੈ ਹੀ ਕੋਈ ਨਹੀਂ, ਪੁੱਛਣ ਵਾਲੇ ਹੀ ਕੋਈ ਨਹੀਂ, ਦੱਸਣ ਵਾਲੇ ਕੋਈ ਨਹੀਂ, ਪਾਈ ਜਾਓ ਰੌਲਾ ਤੁਸੀਂ। ਹੁਣ ਤੁਸੀਂ ਪੀਸਫੁਲ ਪ੍ਰੋਟੈਸਟ ਕਰੀ ਜਾਂਦੇ ਹੋ, ਸਾਰੀ ਦੁਨੀਆਂ ਰੌਲਾ ਪਾਈ ਜਾਂਦੀ, ਤੁਸੀਂ ਪੈਟਰੋਲ, ਈਵਨ ਤੁਸੀਂ ਪੈਟਰੋਲ ਤੇ ਰੌਲਾ ਕਿੰਨਾ ਪੈ ਗਿਆ, 100 ਰੁਪਏ ਤੇ ਹੋ ਗਿਆ ਤੁਹਾਡਾ। ਈਵਨ ਦਾ ਕਰੂਡ ਓਇਲ, ਜੇ ਅੱਜ ਮੈਂ ਕਿਸੇ ਮੰਤਰੀ ਦੀ ਸੁਣ ਰਿਹਾ ਸੀਗਾ, ਉਹ ਕਹਿ ਰਿਹਾ ਜੀ ਵੀ ਇਹ ਤਾਂ ਜੀ
ਪੈਟਰੋਲ ਦੇ ਪ੍ਰਾਈਸਿਸ ਨੇ ਜਾਂ ਆਇਲ ਪ੍ਰਾਈਸਿਸ ਵੀ ਇਹ ਸਾਡੇ ਤੇ ਨਿਰਭਰ ਨਹੀਂ, ਇਹ ਤਾਂ ਅਸੀਂ ਬਾਹਰੋਂ ਖਰੀਦਦੇ ਹਾਂ ਇੰਟਰਨੈਸ਼ਨਲ ਲੈਵਲ ਤੇ, ਵੀ ਉਹਨਾਂ ਨੂੰ ਪੁੱਛਣਾ ਨਾ ਹੋਵੇ ਭਾਈ ਤੁਹਾਡਾ ਜਿਹੜਾ ਬੈਰਲ ਹੈਗਾ ਉਹ ਬੈਰਲ ਤਾਂ ਤੁਹਾਡਾ $50-55 ਤੇ ਹੈਗਾ ਹੁਣ ਇਸ ਟਾਈਮ, ਜਦੋਂ 110 ਤੇ ਸੀਗਾ ਉਦੋਂ ਵੀ ਇੰਨੇ ਪ੍ਰਾਈਸ ਨਹੀਂ ਸੀਗੇ ਗੱਲ, ਵੀ ਤੁਸੀਂ 30-35 ਰੁਪਏ ਦਾ ਤੁਹਾਡਾ ਤੇਲ ਹੈਗਾ ਉਹਦੇ ਤੇ ਵੀ ਤੁਹਾਨੂੰ ਪ੍ਰੋਫਿਟ ਮਿਲਦਾ, ਤੁਸੀਂ 60 ਰੁਪਏ ਉੱਤੋਂ ਕਮਾਈ ਜਾਂਦੇ ਹੋ ਟੈਕਸ ਲਾ ਕੇ, ਗੱਲ ਤਾਂ ਹੁਣ ਕੀ ਕਰਾਂਗੇ, ਮਤਲਬ ਕਿ ਹੁਣ ਲੋਕਾਂ ਦਾ ਸਿਸਟਮ ਹੀ ਇਹਨਾਂ ਨੇ ਇਹੋ ਜਿਹਾ ਕਰ ਦੇਣਾ ਗਾ, ਕਿਉਂਕਿ ਤੁਸੀਂ ਜਿਵੇਂ ਦੇਖੋਗੇ ਵੀ ਇਹ ਇੱਕ ਜਿਵੇਂ ਸਰਕਾਰ ਦੀਆਂ ਕਾਫੀ ਨੀਤੀਆਂ, ਤੁਸੀਂ ਕਿਹੜਾ ਮੰਤਰੀ ਬੋਲਦਾ ਗਾ ਉਹ ਇੱਕ ਹੀ ਸਵਾਲ ਹੁੰਦਾ ਉਹਦਾ, ਵੀ ਨਹੀਂ ਜੀ ਇਹ ਤਾਂ ਪ੍ਰਾਈਵੇਟਾਈਜੇਸ਼ਨ ਬਿਨਾਂ ਤਾਂ ਅਸੀਂ ਡਿਵੈਲਪਮੈਂਟ ਕਰ ਹੀ ਨਹੀਂ ਸਕਦੇ, ਅਸੀਂ ਡਿਵੈਲਪਮੈਂਟ ਹੋ ਰਹੀ ਹੈ ਜੀ, ਤੁਸੀਂ ਕਿਉਂ ਤੁਸੀਂ ਆਪਣੇ ਜਿਹੜੀ ਪਬਲਿਕ ਸੈਕਟਰ PSU ਨੇ ਕਿਉਂ ਵੇਚ ਰਹੇ ਹੋ, ਉਹ ਕਹਿੰਦੇ ਜੀ ਤਾਂ ਡਿਵੈਲਪਮੈਂਟ ਹੀ ਨਹੀਂ ਹੋ ਸਕਦੀ, ਅਸੀਂ ਪੈਸਾ ਇਕੱਠਾ ਕਰਨਾ, RBI ਦਾ ਜਿਹੜਾ ਕੁਛ ਵੀ ਰਿਜ਼ਰਵ ਬੈਂਕ ਦਾ ਕੁਛ ਵੀ ਰਿਜ਼ਰਵ ਨਹੀਂ ਰਹਿ ਗਿਆ ਗੱਲ, ਈਵਨ ਇੱਕ ਮੈਂ ਹੋਰ ਪੜ੍ਹ ਰਿਹਾ ਸੀਗਾ ਇੰਡੀਆ ਟੂਡੇ ਦਾ ਚ ਸੀਗੀ ਖ਼ਬਰ ਅੱਜ, ਮਤਲਬ ਕਿ ਅੱਜ ਦੀ ਨਹੀਂ ਸੀ ਕੁਛ ਕਾਫ਼ੀ ਪਹਿਲਾਂ ਦੀ ਸੀਗੀ, 1.5 ਸਾਲ ਦੀ, ਉਹਨਾਂ ਨੇ ਕਿਹਾ ਸੀਗਾ ਵੀ ਪਿਛਲੇ 6 ਸਾਲਾਂ ਦੇ ਵਿੱਚ ਇੰਡੀਆ ਦਾ ਡੈਬਟ ਹੈਗਾ ਜਿਹੜਾ ਉਹ 50% ਵਧਿਆ, ਵੀ 84 ਲੱਖ ਕਰੋੜ ਰੁਪਇਆ ਕਰਜ਼ਾ ਹੋ ਗਿਆ ਸਾਡੇ ਤੇ ਹੁਣ, ਵੀ ਇੱਕ ਤਰ੍ਹਾਂ ਨਾਲ ਤੁਸੀਂ ਕਹਿ ਲਓ ਵੀ ਦੇਸ਼ ਗੁਲਾਮੀ ਵੱਲ ਵੱਧ ਰਹੇ ਹਾਂ ਅਸੀਂ, ਉਹ ਜਿਹੜੇ ਚ ਕੋਈ ਚੰਦ ਘਰਾਣੇ ਨੇ ਤੁਸੀਂ ਚਾਹੇ ਉਹਨਾਂ ਨੂੰ ਜਿਵੇਂ ਤੁਸੀਂ ਤੁਹਾਡਾ ਇੰਪੋਰਟ ਐਕਸਪੋਰਟ ਚਾਹੇ ਤੁਹਾਡਾ ਜਿਹੜਾ ਉਹ ਸਾਰਾ ਲਗਭਗ ਵੇਚਤਾ, ਉਹ ਜਿਹੜੇ ਪੋਰਟਸ ਨੇ ਸਾਰੇ ਅਦਾਨੀ ਕੋਲ ਨੇ ਇਸ ਟਾਈਮ, ਜਾਂ ਜਿਹੜੇ ਇੱਕ ਦੋ ਗਵਰਨਮੈਂਟ ਦੀਆਂ ਕੰਪਨੀਆਂ ਉਹਨਾਂ ਚ ਵੀ ਸ਼ੇਅਰ ਇਹਨਾਂ ਨੇ ਵੇਚਤੇ, ਜਿਹੜਾ ਇਸ ਤਰ੍ਹਾਂ ਦਾ ਇਹ ਸਿਸਟਮ ਵਰਤਾਰਾ ਹੋ ਰਿਹਾ, ਪਰ ਉਹ ਭੁਲੇਖਾ ਲੋਕਾਂ ਨੂੰ ਐਂ ਰੱਖਿਆ ਜਾ ਰਿਹਾ ਵੀ ਇਹ ਨਹੀਂ ਚੰਗੇ ਲਈ ਕਰ ਰਹੇ ਹਾਂ ਅਸੀਂ, ਵੀ ਦੇਸ਼ ਅੱਗੇ ਵੱਧ ਰਿਹਾ ਜੀ ਉਹਦੇ ਲਈ ਕਰ ਰਹੇ ਹਾਂ, ਜਿਵੇਂ ਤੇਲ ਦੀ ਗੱਲ ਕਰੀ ਹੁਣ ਕਈ ਲੀਡਰਾਂ ਨੇ ਸਰਕਾਰ ਦਿਆਂ ਨੇ ਉਹ ਕਹੀ ਗੱਲ ਅੱਗੇ ਜੀ ਇਹ ਤਾਂ ਦੇਸ਼ ਦੀ ਡਿਵੈਲਪਮੈਂਟ ਵਾਸਤੇ ਹੋ ਰਿਹਾ, ਤੁਸੀਂ ਸ਼ੇਅਰ ਪਾ ਰਹੇ ਹੋ ਜੇ ਤੇਲ ਵੱਧ ਰਿਹਾ, ਬਲਕਿ ਵੀ ਕਾਇੰਡ ਆਫ ਤੁਸੀਂ ਕਹਿ ਲਓ ਵੀ ਕਿਵੇਂ ਉਹਨਾਂ ਨੂੰ ਐਕਸਪਲੋਇਟ ਕੀਤਾ ਜਾ ਰਿਹਾ, ਕਿਵੇਂ ਘੁਮਾਇਆ ਜਾ ਰਿਹਾ, ਹਨਾ ਵੀ ਸਹੀ ਗੱਲ ਤਾਂ ਲੋਕਾਂ 'ਚ ਆਉਣ ਹੀ ਨਹੀਂ ਦਿੱਤੀ ਜਾ ਰਹੀ, ਜਿਵੇਂ ਤੁਸੀਂ ਡਾਕਟਰ ਸਾਹਿਬ ਇੱਕ ਆਪਾਂ ਤੁਸੀਂ ਦੂਜਿਆਂ ਸਟੇਟਾਂ ਐਜ਼ ਕੰਪੇਅਰ ਟੂ ਦੂਜੀਆਂ ਸਟੇਟਾਂ ਦੇ, ਅਤੇ ਪੰਜਾਬ ਦਾ ਦੇਖੋਗੇ ਤੁਸੀਂ, ਪੰਜਾਬ ਦਾ ਜਿਹੜਾ ਅਨਇਵਨ ਡਿਸਟ੍ਰੀਬਿਊਸ਼ਨ ਹੈਗੀ ਆ, ਜਾਂ ਤੁਸੀਂ ਪਿੰਡਾਂ ਦਾ ਜਿਹੜਾ ਲਿਵਿੰਗ ਸਟੈਂਡਰਡ ਆ, ਜਾਂ ਉਹਨਾਂ ਦੀ ਰਿਸੋਰਸਿਸ ਦਾ ਡਿਸਟ੍ਰੀਬਿਊਸ਼ਨ ਹੈਗੀ ਆ, ਉਹ ਥੋੜ੍ਹੀ ਜਿਹੀ ਮੱਚ ਬੈਟਰ ਹੈਗੀ ਆ, ਐਟਲੀਸਟ ਕਹਿ ਲਓ ਗੱਲ ਵੀ ਲੋਕਾਂ ਦਾ ਮਲਨਿਊਟ੍ਰੀਸ਼ਨ ਜਾਂ ਹੋਰ ਉਹ ਚੀਜ਼ਾਂ ਹਨਾ ਹੈ ਨਹੀਂ, ਵੀ ਪੰਜਾਬ 'ਚ ਸੁਪਰ 'ਚ ਵੀ ਹੈ ਨਹੀਂ ਗੇ ਅਤੇ ਬਹੁਤ ਜ਼ਿਆਦਾ ਗਰੀਬੀ ਹੈ ਨਹੀਂ ਗੇ, ਵੀ ਇੱਕ ਐਵਰੇਜ ਐਜ਼ ਕੰਪੇਅਰ ਟੂ ਰੈਸਟ ਆਫ ਇੰਡੀਆ ਹੈ ਨਾ ਉਹ ਜ਼ਿਆਦਾ ਹੈਗੀ ਆ, ਜੇ ਤੁਸੀਂ ਦੂਜੀਆਂ ਸਟੇਟਾਂ 'ਚ ਜਾਓਗੇ, ਤੁਸੀਂ ਵੱਡੀਆਂ ਜਿਹੜੀ ਮਰਜ਼ੀ ਸਿਟੀ 'ਚ ਨਹੀਂ ਹੈ, ਬੰਬਈ ਆ ਜਿਹੜੀ ਉਹ ਤੋਂ ਤੁਸੀਂ 50-60 ਕਿਲੋਮੀਟਰ ਤੁਸੀਂ ਅੱਗੇ ਜਾਓਗੇ ਤੁਹਾਨੂੰ ਝੁੱਗੀਆਂ ਝੋਪੜੀਆਂ ਦਿਸਣਗੀਆਂ, ਅਨਈਵਨ ਡਿਸਟ੍ਰੀਬਿਊਸ਼ਨ ਜਿਹੜੀ ਹੈਗੀ ਆ ਉਹ ਬਹੁਤ ਵੱਡੀ ਘਾਟ ਹੈ ਗੱਲ, ਤੁਸੀਂ MSP ਦਾ ਜਿਹੜੇ ਹੁਣ ਲਾ ਲਓ, ਹੁਣ ਆਪਾਂ ਸਾਰੇ ਦੇਸ਼ 'ਚ ਗੱਲ ਚੱਲਦੀ ਵਿੱਚ ਜੇ ਪੰਜਾਬ ਹਰਿਆਣੇ ਵਾਲੇ ਕਿਉਂ ਆ ਰਹੇ ਨੇ ਦੂਜੇ ਸੂਬਿਆਂ ਦੇ ਘੱਟ, ਹੁਣ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ ਵੀ ਬਈ MSP ਨਾਲ ਸਾਡਾ ਆਹ ਲਾਭ ਹੁੰਦਾ ਗਾ, ਵੀ ਇਹਦੇ ਨਾਲ ਸਾਡੀ ਇਹ ਚੀਜ਼ ਹੋ ਸਕਦੀ ਹੈ ਗੱਲ, ਵੀ ਇਹ ਵੀ ਸਾਡੀ ਅਸੀਂ ਤਾਂ ਫਸਲ, ਉਹਨਾਂ ਨੂੰ ਵਿਚਾਰਿਆਂ ਨੂੰ ਮਤਲਬ ਕਿ ਉਹ ਚੀਜ਼ ਦੀ ਸਮਝ ਹੀ ਨਹੀਂ ਹੈਗੀ ਗੱਲ, ਨਾ ਉੱਥੇ ਤੱਕ ਸਰਕਾਰ ਪ੍ਰਚਾਰ ਪਹੁੰਚਣ ਦਿੰਦੀ ਹੈ ਗੱਲ, ਇਹ ਇਹ ਬਦਕਿਸਮਤੀ ਹੈ ਗੱਲ, ਵੀ ਚੰਗੇ ਬੰਦੇ ਨੂੰ ਅੱਗੇ ਦਿੱਤਾ ਜਾਂਦਾ, ਜਾਂ ਕਹਿ ਲਓ ਗੱਲ, ਜਾਂ ਇੱਕ ਸਿਆਣੇ ਕਹਿੰਦੇ ਆ ਵੀ ਜਿਹੜੀ ਬਦਮਾਸ਼ੀ ਦੀ ਆਖਰੀ ਪਨਾਹਗਾਰ ਉਹ ਰਾਜਨੀਤੀ ਹੁੰਦੀ ਹੈ, ਬਦਮਾਸ਼ ਬੰਦੇ ਉਹ ਚੀਜ਼ ਬਣੀ ਪਈ ਆ ਹੁਣ ਗੱਲ, ਜਿੱਦੇ ਤੁਹਾਡੀ ਜਿਹੜੀ ਸੱਚਾਈ ਹੈ ਸਰਕਾਰ ਨੂੰ ਮਾੜੀ ਜਿਹੀ ਖਤਰਾ ਲੱਗਣ ਲੱਗ ਗਈ, ਉਹਦੀ ਤੁਹਾਡੇ ਉਹਨਾਂ ਨੇ ਜਾਂ ਤਾਂ ਅੰਦਰ ਦੇ ਦੇਣਗੇ, ਜਾਂ ਤੁਹਾਨੂੰ ਮਾਰ ਦੇਣਗੇ, ਜਾਂ ਕੁਛ ਕਰ ਦੇਣਗੇ, ਕੀ ਕੁਛ ਹੋ ਰਿਹਾ ਆਪਾਂ ਦੇਖੀ ਜਾਂਦੇ ਹਾਂ, ਬੜੇ ਹਾਲਾਤ ਤਾਂ ਲੋਕਾਂ ਨੂੰ ਹੀ ਹੈਗਾ ਵੀ ਲੋਕ ਜਿੰਨੇ ਚਲੋ ਆਪਣੇ ਥੋੜੇ ਜਿਹੇ ਨੌਰਥ ਇੰਡੀਆ ਦੇ ਅਵੇਅਰ ਨੇ ਤੇ ਉਹ ਸੰਘਰਸ਼ ਕਰ ਰਹੇ ਨੇ, ਹੁਣ ਚਲੋ ਵੈਸਟਰਨ UP ਤੱਕ ਫੈਲ ਗਿਆ, ਰਾਜਸਥਾਨ ਤੱਕ ਫੈਲ ਗਿਆ, ਤੇ ਹੁਣ ਦੇਖੋ ਕਿਵੇਂ ਆਉਣ ਵਾਲਾ ਸਮਾਂ ਕਿੱਧਰ ਨੂੰ ਜਾਂਦਾ। ਧੰਨਵਾਦ ਅਮਰਜੀਤ ਸਿੰਘ ਜੀ, ਬਹੁਤ ਵਧੀਆ, ਸਾਨੂੰ ਖੁਸ਼ੀ ਆ ਕਿ ਤੁਸੀਂ ਲਗਾਤਾਰ ਇਸ ਨਾਲ ਜੁੜਦੇ ਰਹਿੰਦੇ ਹੋ, ਤੇ ਜਿਹੜਾ ਹੈਗਾ ਇਸ ਤਰ੍ਹਾਂ ਇਹ ਵੀਰ ਨੇ ਕਾਫੀ ਆਪਣੇ ਗਰੁੱਪ ਦੇ ਵਿੱਚ ਜਿਹੜੇ ਕਾਫੀ ਅਵੇਅਰ ਨੇ, ਤੇ ਅਸੀਂ ਚਿੰਤਾ ਪ੍ਰਗਟ ਕਰਦੇ ਰਹਿੰਦੇ ਸਾਰੇ ਵੀਰ ਆਪਣੇ ਆਪਣੇ ਤੌਰ ਤੇ, ਗਾਂਹ ਇਕੱਲਾ ਚਿੰਤਾ ਨੀ ਹੱਲ ਵਾਲੇ ਪਾਸੇ ਲੱਗੇ ਹੋਏ ਆ, ਮਾਨ ਸਾਹਿਬ ਬਹੁਤ ਖੁਸ਼ੀ ਹੁੰਦੀ ਹੈ, ਮਾਨ ਸਾਹਿਬ ਲਗਾਤਾਰ ਹੀ ਕੰਮ ਇਹ ਵੀ ਸਮਰਪਿਤ ਹੋ ਕੇ ਲੱਗ ਗਏ ਨੇ, ਸੋ ਇਸ ਕਰਕੇ ਮੈਂ ਉਹਨਾਂ ਨੂੰ ਵਧਾਈਆਂ ਵੀ ਦਿੰਦਾ ਇਸ ਗੱਲ ਦੀਆਂ, ਤੇ ਧੰਨਵਾਦ ਆ ਜੀ ਤੁਹਾਡਾ। ਲੋਕਤੰਤਰ ਤਾਂ ਆਪਣੇ ਦੇਸ਼ ਦੇ ਵਿੱਚ ਹੈ ਹੀ ਨੀ, ਕਹਿਣਾ ਹੀ ਚਾਹੀਦਾ ਵੀ ਇਹ ਲੋਕਤੰਤਰ ਹੈ, ਇਹ ਲੋਕਤੰਤਰ ਦੇ ਵਿੱਚ ਰਾਜਸ਼ਾਹੀ ਚੱਲ ਰਹੀ ਹੈ ਇਸ ਵੇਲੇ,
ਲੋਕਤੰਤਰ ਤੋਂ ਤਾਂ ਆਪਾਂ ਘੁੱਸੇ ਪਏ ਆ ਬਿਲਕੁਲ, ਕਿਉਂਕਿ ਸਰਕਾਰ ਜਿਹੜੀ ਚੁਣੀ ਜਾਂਦੀ ਆ ਉਹ ਜਵਾਬਦੇਹ ਹੁੰਦੀ ਆ ਲੋਕਾਂ ਪ੍ਰਤੀ, ਪਰ ਇਹ ਸਰਕਾਰ ਜਵਾਬਦੇਹ ਹੈ ਹੀ ਨੀ, ਇਹ ਤਾਂ ਆਪਦੀ ਸੁਣਾਉਂਦੇ ਨੇ, ਇਹ ਤਾਂ ਮਨ ਕੀ ਬਾਤ ਸੁਣਾਉਂਦਾ ਪ੍ਰਧਾਨ ਮੰਤਰੀ, ਸੁਣਦਾ ਤਾਂ ਕਿਸੇ ਦੀ ਹੈ ਹੀ ਨੀ, ਇਸ ਕਰਕੇ ਇਹ ਕਹਿਣਾ ਵੀ ਲੋਕਤੰਤਰ ਹੈ ਇਹ ਤਾਂ ਠੀਕ ਹੀ ਨੀ ਹੈਗਾ ਇਸ ਵੇਲੇ। ਤੇ ਦੂਜੇ ਇੱਕ ਮੈਂ ਗੱਲ ਹੋਰ ਕਰਨਾ ਚਾਹੁੰਦਾ ਵੀ ਜੇ ਪਠਾਨਕੋਟ ਜੀ ਨੇ ਬੂਟਾ ਸਿੰਘ ਜੀ ਨੇ ਦੇਸ਼ ਇਸ ਵੇਲੇ ਜਾਣ ਦਾ ਜੋ ਟ੍ਰੈਂਡ ਹੈਗਾ ਬਹੁਤ ਹੀ ਮਤਲਬ ਜ਼ੋਰ ਸ਼ੋਰ ਨਾਲ ਚੱਲ ਰਿਹਾ ਇਸ ਵੇਲੇ ਆਪਣੇ, ਖਾਸ ਕਰਕੇ ਪੰਜਾਬ ਦੇ ਵਿੱਚ ਔਰ ਹੋਰ ਸੂਬਿਆਂ ਦੇ ਵਿੱਚ ਵੀ ਬੜੇ ਜ਼ੋਰ ਨਾਲ ਸਾਰੇ ਬਾਹਰ ਜਾ ਰਹੇ ਨੇ। ਇਸ ਇਹ ਮੁੱਦਾ ਆਪਣੇ ਅੱਜ ਦੇ ਮੁੱਦੇ ਨਾਲ ਵੱਖਰਾ ਹੈ, ਪਰ ਇਸ ਇਹਦੇ ਤੇ ਵੀ ਇੱਕ ਦਿਨ ਕਿਸੇ ਵੇਲੇ ਸਪੈਸ਼ਲ ਜਿਹੜਾ ਹੈਗਾ ਉਹ ਇੱਕ ਦਿਨ ਸਮਾਂ ਰੱਖ ਕੇ ਨਾ ਇਹਦੇ ਤੇ ਵੀ ਸਾਰਾ ਡਿਸਕਸ ਕੀਤਾ ਜਾਵੇ ਵੀ ਇਹ ਕੀ ਹੈਗਾ, ਕਿਉਂਕਿ ਆਪਣੇ ਖਾਸ ਕਰਕੇ ਪੰਜਾਬ ਦੇ ਫਿਊਚਰ ਨਾਲ ਬੜੀ ਉਹਦਾ ਆਪਣੇ ਭਵਿੱਖ ਤੇ ਕੀ ਅਸਰ ਪੈਣਾ ਹੈ ਤੇ ਕੱਲ ਨੂੰ ਆਪਾਂ ਨੂੰ ਇਹਦਾ ਕੀ ਖਮਿਆਜੇ ਨੇ ਜਾਂ ਕੀ ਇਹਦੇ ਬੈਨੀਫਿਟ ਹੋਣਗੇ, ਇਸ ਗੱਲ ਤੇ ਵੀ ਕਿਸੇ ਦਿਨ ਵਿਚਾਰ ਕੀਤੀ ਜਾਵੇ। ਮੇਰਾ ਜਸਵਿੰਦਰ ਸਿੰਘ ਜੀ ਇੱਕ ਸਾਰੇ ਜਿਹੜੇ ਸਰੋਤੇ ਜੁੜੇ ਹੋਏ ਉਹਨਾਂ ਨੂੰ ਦੱਸ ਦਿੰਦੇ ਵੀ ਆਪਾਂ ਸ਼ਾਇਦ ਬੁੱਧਵਾਰ ਹੀ ਰੱਖ ਲਾਂਗੇ ਤੇ ਉਹਨੂੰ ਬੂਟਾ ਸਿੰਘ ਜੀ ਆ ਜਿਹੜੇ ਉਹ ਚਲਾਇਆ ਕਰਨਗੇ ਪ੍ਰੋਗਰਾਮ ਸਾਰਾ, ਉਹਦੇ ਵਿੱਚ ਆਪਾਂ ਪੰਜਾਬ ਦੀ ਸੱਥ, ਸ਼ਾਇਦ ਬੂਟਾ ਸਿੰਘ ਜੀ ਇਹੀ ਨਾਂ ਆਪਾਂ ਸੋਚ ਰਹੇ ਸੀਗੇ ਪੰਜਾਬ ਦੀ ਸਾਂਝੀ ਸੱਥ, ਇਸ ਤਰ੍ਹਾਂ ਦੇ ਨਾਮ ਦੇ ਥੱਲੇ ਆ ਪ੍ਰੋਗਰਾਮ ਚਲਾਇਆ ਕਰਾਂਗੇ, ਉਹ ਚ ਸੱਥਾਂ ਵਾਲੀਆਂ ਜਿਹੜੀਆਂ ਗੱਲਾਂ ਨੇ ਉਹ ਸਾਰੀਆਂ ਕੀਤੀਆਂ ਜਾਇਆ ਕਰਨਗੀਆਂ। ਬੂਟਾ ਸਿੰਘ ਜੀ ਇੱਕ ਮਿੰਟ ਵਾਸਤੇ ਦੱਸ ਦਿਓ ਤੁਸੀਂ ਸੱਥ ਵਾਲੀ ਗੱਲ। ਬੁੱਧਵਾਰ ਗੱਲਾਂ ਹੁੰਦੀਆਂ ਨੇ ਤੇ ਮਤਲਬ ਕਿਸੇ ਵਿਸ਼ੇ ਤੇ ਵੀ ਜਿਹੜੇ ਆਪਾਂ ਨੂੰ ਲੱਗਦਾ ਵੀ ਉਹਦੇ ਚ ਸਾਰੇ ਵੀਰ ਖੁੱਲ ਕੇ ਵਿਚਾਰ ਦੇਣ ਤੇ ਉਹਦੇ ਚ ਕੋਈ ਟਾਈਮ ਦੀ ਕੋਈ ਲਿਮਿਟ ਨਾ ਹੋਵੇ, ਵੀ ਚਲੋ ਉਹਦੇ ਚ ਖੁੱਲਾ ਵੀ ਸਮਾਂ ਲਾਇਆ ਜਾ ਸਕਦਾ ਤੇ ਬਾਕੀ ਦਾ ਸਾਰਿਆਂ ਨਾਲ ਰਹਿ ਕਰ ਲਓ। ਜੇ ਆਪਾਂ ਨੂੰ ਠੀਕ ਲੱਗੇ ਤਾਂ ਆਹ ਜਿਹੜੇ ਤਿੰਨ ਦਿਨ ਆਪਣੇ ਖੇਤੀ ਦੇ ਹੁੰਦੇ ਆ ਨਾ, ਮੰਗਲ, ਬੁੱਧ ਤੇ ਵੀਰਵਾਰ, ਡਾਕਟਰ ਚਿੰਮਲ ਲਾਲ ਸ਼ੇਟੀ ਜੀ ਕਹਿੰਦੇ ਸੀ ਵੀ ਜੇ ਤਾਂ ਕੁਲਦੀਪ ਸਿੰਘ ਸ਼ਨੀ ਐਤਵਾਰ ਆਪਣੇ ਕੋਲੇ ਵਿਹਲਾ ਹੁੰਦਾ ਹੈ ਉਹ ਸ਼ਨੀ ਐਤਵਾਰ ਤੁਸੀਂ ਰੱਖ ਸਕਦੇ, ਜੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਫਿਰ ਆਪਾਂ ਸ਼ਨੀਵਾਰ ਰੱਖ ਲਈਏ, ਨਹੀਂ ਤਾਂ ਆਪਾਂ ਉਹਨਾਂ ਦੋ ਦਿਨਾਂ ਚੋਂ ਆਪਾਂ ਇੱਕ ਦਿਨ ਡਾਕਟਰ ਸਾਹਿਬਾਂ ਦੇ ਸੀ ਵੀ ਆਪਾਂ ਲੈ ਲਾਂਗੇ। ਅਸਲ ਤੇ ਸ਼ਨੀ ਉਹ ਮਿੰਦਵਾਪ ਜੀ ਕਹਿੰਦੇ ਸੀ ਦੋ ਦਿਨ ਬਈ ਸਾਨੂੰ ਪ੍ਰੋਗਰਾਮ ਜਿਹੜਾ ਹੈਗਾ ਸ਼ਨੀ ਐਤਵਾਰ ਸ਼ਾਇਦ ਅਸੀਂ ਕਰ ਲਿਆ ਕਰੀਏ, ਸ਼ੁੱਕਰਵਾਰ ਦਾ ਫਿਰ ਆਪਾਂ ਅੱਗੇ ਡਾਕਟਰ ਸਾਹਿਬ ਦਾ ਸੀਗਾ ਜਾਂ ਆਪਾਂ ਉਹ ਰੱਖ ਸਕਦੇ ਡਾਕਟਰ ਸਾਹਿਬ ਅਮਰ ਸਿੰਘ ਜੀ, ਸ਼ੁੱਕਰਵਾਰ ਕਰ ਲਈ ਜਾਂ ਸਾਂਝੀ ਸੱਤ ਜਾਂ ਫਿਰ ਤਿੰਨਾਂ ਦਿਨਾਂ ਚੋਂ ਖੇਤੀਬਾੜੀ ਚੋਂ ਇੱਕ ਦਿਨ ਵੀ ਆਪਾਂ ਕਰ ਸਕਦੇ ਹਾਂ ਬੁੱਢਾ, ਚਲੋ ਆਪਾਂ ਰਾਏ ਕਰ ਲੈਂਦੇ ਹਾਂ ਅੱਜ ਉਹ। ਹਾਂ ਉਹਦਾ ਕਾਰਨ ਮੈਂ ਇਹ ਦੱਸਣਾ ਚਾਹੁੰਦਾ, ਮੈਨੂੰ ਇਹ ਲੱਗਦਾ ਹੁੰਦਾ ਮੈਂ ਅੱਜ ਵੀ ਆਪਦੇ ਪਿੰਡ ਦੀ ਸੱਥ ਚ ਜਦੋਂ ਮੌਕਾ ਮਿਲਦਾ ਜਾ ਕੇ ਬੈਠਾ ਤੇ ਉਧਰੋਂ ਚਲੋ ਇੱਧਰ ਆਪਣੀਆਂ ਮੀਟਿੰਗਾਂ ਇੱਧਰ ਵੀ ਹੁੰਦੀਆਂ ਸਾਰੀਆਂ ਗੱਲਾਂ ਬਾਤ ਆਪਾਂ ਕਰਦੇ, ਪਰ ਫਿਰ ਵੀ ਇਹ ਲੱਗਦਾ ਹੈ ਕਿ ਇਹ ਸਿੱਖਿਆ ਜਿਹੜੀ ਇਹ ਵੀ ਜ਼ਰੂਰੀ ਹੈ, ਪਰ ਜਿਹੜੀ ਗਰਾਊਂਡ ਲੈਵਲ ਤੇ ਹੈਗੀ ਨਾ ਜਿਹੜੀ ਅਸੀਂ ਉਹਨੂੰ ਮਿੰਨੀ ਪਾਰਲੀਮੈਂਟ ਆਣੇ ਪਿੰਡ ਦੀ ਵੀ ਜੋ ਅਸਲ ਦੇ ਵਿੱਚ ਉਹ ਲੋਕ ਕੀ ਸਮਝਦੇ ਆ ਕੀ ਚਾਹੁੰਦੇ ਆ ਕੀ ਹੁੰਦਾ ਵੀ ਉਹਦੇ ਵਿੱਚ ਵੀ ਜਦੋਂ ਖੁੱਲੀਆਂ ਗੱਲਾਂ ਬਾਤਾਂ ਕਰਦੇ ਨੇ ਨਾ ਉਹ ਆਮ ਲੋਕ ਕਰਦੇ ਨੇ ਖੁੱਲ ਕੇ ਤੇ ਉਹਨਾਂ ਵਿੱਚੋਂ ਆਪਾਂ ਨੂੰ ਬੜਾ ਸਾਰਿਆਂ ਨੂੰ ਸਿੱਖਣ ਲਈ ਮਿਲਦਾ ਜੀ। ਚਲੋ ਆਪਾਂ ਰੱਖਦੇ ਹਾਂ ਜਿਹਦਾ ਰੁਣੇ ਆ ਤੇ ਪਰਮਜੀਤ ਸਿੰਘ ਜੀ ਘੱਲ ਕਰਾਂ ਆਪਾਂ ਫਿਰ ਸਮਾਪਤੀ ਵੱਲ ਵੱਧ ਰਹੇ ਹਾਂ, ਪਰਮਜੀਤ ਸਿੰਘ ਜੀ ਘੱਲ ਕਰਾਂ। ਹਾਂਜੀ ਪਹਿਲਾ ਸਵਾਲ ਤਾਂ ਇਹ ਸੀਗਾ ਵੀ ਜਿਹੜੇ ਦੇਸ਼ਾਂ ਪਾਪੂਲੇਸ਼ਨ ਕੀਤੀ ਜਾਂ ਘਟਾਈ ਆ ਉਹੀ ਆਪਣੇ ਬੱਚਿਆਂ ਨੂੰ ਸੱਦ ਰਹੇ ਨੇ, ਉਹ ਸਾਨੂੰ ਕੰਮ ਲੇਬਰ ਚਾਹੀਦੀ ਹੈ, ਫਸੇ ਬੈਠੇ ਨੇ ਵੀ ਸਾਡੇ ਤਾਂ ਜਿਹੜਾ ਹੈਗਾ ਜਨਰੇਸ਼ਨ ਯੰਗ ਤੇ ਉਹ ਪ੍ਰੋਬਲਮ ਆਈ ਹੋਈ ਹੈ ਵੀ ਇਹ ਤਾਂ ਅਪਰੂਵਡ ਹੈ ਗੱਲ। ਦੂਸਰਾ ਸੀਗਾ ਜਿਹੜੀ ਆਪਣਾ ਡੈਮੋਕ੍ਰੇਸੀ ਜੋ ਵਿਕਾਰ ਆਏ ਹੋਏ ਆ ਇਹਦੀ ਜਿਹੜੀ ਹੋਣੀ ਹੈ ਤੋਂ ਗੁਲਾਮ ਕੌਮ ਸੀਗੀ ਉਹ ਅਵੇਅਰਨੈਸ ਦੀ ਘਾਟ ਤੇ, ਪਰ ਇਹ ਹੁਣ ਡੈਮੋਕ੍ਰੇਸੀ ਦੇ ਵਿੱਚ ਜੋ ਸੁਣੀ ਨੀ ਜਾ ਰਹੀ ਕਿਸੇ ਦੀ ਗੱਲ ਇਹਦੀ ਮੁਰੰਮਤ ਕਿਵੇਂ ਹੋਵੇ, ਮਤਲਬ ਇੱਕ ਤਾਂ ਇਹ ਸੀ ਡਾਕਟਰ ਸਾਹਿਬ ਨੂੰ ਸਵਾਲ। ਦੂਸਰਾ ਇਹ ਸੀ ਵੀ ਕਿੰਨੀਆਂ ਸੋਹਣੀਆਂ ਗੱਲਾਂ ਆਪਾਂ ਕਰਦੇ ਹਾਂ ਖੇਤੀਬਾੜੀ ਬਾਰੇ ਵੀ, ਐਜੂਕੇਸ਼ਨ ਬਾਰੇ ਵੀ, ਜਾਂ ਪੁਰਾਣੀਆਂ ਆਪਣੀਆਂ ਕਲਚਰ ਸਿਸਟਮ ਸੀ ਕਿੰਨਾ ਵਧੀਆ ਰਹਿਣ ਸਹਿਣ ਜਾਂ ਕਿਤੇ ਦੀ ਸੀਗੀ, ਉਹਨੂੰ ਕਿਵੇਂ ਮਾਡਲ ਨੂੰ ਤਿਆਰ ਕੀਤਾ ਜਾਵੇ ਆਪਣੇ ਇਨ ਫਿਊਚਰ ਜਨਰੇਸ਼ਨ ਵਾਸਤੇ ਵੀ ਸਾਨੂੰ ਉਹਦੀ ਲੋੜ ਹੀ ਨਾ ਪਵੇ ਦੂਜੇ ਢਾਂਚੇ ਦੀ, ਵੀ ਅਸੀਂ ਆਪਾਂ ਇੱਕ ਸ਼ੀਲਡ ਜਿਵੇਂ ਚਾਈਨਾ ਨੇ ਬਹੁਤ ਸਾਲ ਆਪਣੇ ਆਪ ਨੂੰ ਅਲੱਗ ਰੱਖਿਆ ਵਰਲਡ ਤੋਂ ਤੇ ਬੜਾ ਵਧੀਆ ਸਿਸਟਮ ਉਹਨਾਂ ਦਾ ਆਪਦਾ ਸੀਗਾ, ਉਹ ਆਂਦੇ ਸਾਨੂੰ ਕਿਸੇ ਦੀ
ਲੋਕੀ ਹੈ ਸੀ ਆਪਦਾ ਹੁਣ ਵੀ ਉਹਨਾਂ ਨੇ ਨੈਟਵਰਕ ਦੇ ਵਿੱਚ ਆਪਦੇ ਆਪ ਨੂੰ ਬੰਦ ਰੱਖਿਆ ਕਾਫੀ ਪਾਸੇ ਵੀ ਬਾਹਰਲੇ ਜਿਹੜਾ ਸਾਡੇ ਵਾਇਰਸ ਆ ਕੇ ਸਾਡਾ ਸਿਸਟਮ ਨਾ ਖਰਾਬ ਕਰਨ। ਤਾਂ ਆਪਾਂ ਨੂੰ ਵੀ ਇੱਕ ਆਪਣੇ ਖਿੱਤੇ ਨੂੰ ਬਚਾਉਣ ਲਈ ਸਾਡੀਆਂ ਜਿਹੜਾ ਲੋਕਲ ਜਿਹੜਾ ਸਾਡਾ ਸਿਸਟਮ ਆ, ਜਿਹੜਾ ਸਾਡਾ ਖਾਣ ਪੀਣ ਰਹਿਣ ਸਹਿਣ ਜਾਂ ਜਿਹੜੀਆਂ ਚੰਗੀਆਂ ਚੀਜ਼ਾਂ ਸੀ ਜਾਂ ਪੀੜ੍ਹੀ ਦਰ ਪੀੜ੍ਹੀ ਜਿਹੜੀਆਂ ਸਾਨੂੰ ਮਿਲੀਆਂ ਹੋਈਆਂ ਸਕਿੱਲ ਆ, ਜਿਵੇਂ ਡਾਕਟਰ ਸਾਹਿਬ ਨੇ ਕਿਹਾ ਵੀ ਦੁਕਾਨਦਾਰ ਉਹ ਬੱਚਾ ਆਪਦਾ ਛੱਡ ਕੇ ਹੋਰ ਪਾਸੇ ਨੂੰ ਹੋ ਗਿਆ, ਮਾਂ ਪਿਓ ਰੁਲੇ ਫਿਰਦੇ ਨੇ, ਉਹ ਸਾਰਾ ਚੀਜ਼ਾਂ ਨੂੰ ਇੱਕ ਸਟਰਕਚਰ ਦੇ ਰੂਪ ਚ ਲਿਆ ਕੇ ਉਹਨੂੰ ਕਿਵੇਂ ਆਪਾਂ ਉਹਨੂੰ ਮਾਡਲ ਨੂੰ ਬਣਾ ਸਕਦੇ ਹਾਂ ਜਿਹੜਾ ਆਪਦਾ ਦੇਸੀ ਮਾਡਲ ਆ ਜਿਹੜਾ ਸਾਡੇ ਲਈ ਅਨੁਕੂਲ ਆ ਜਿਹੜਾ ਆਪਣੇ। ਹਾਂਜੀ ਹਾਂਜੀ ਡਾਕਟਰ ਸਾਹਿਬ, ਸ਼ਾਮ ਤੱਕ ਮਰੀਜ਼ ਵੀ ਦੇਖਦੇ ਨੇ ਤੇ ਇਹਨਾਂ ਨੇ ਵੀਡੀਓ ਵਗੈਰਾ ਸਾਰੇ ਪਾਸੇ ਧਿਆਨ ਵੀ ਪਰਮਜੀਤ ਸਿੰਘ ਜੀ ਇਹਨਾਂ ਨੇ ਰੱਖਣਾ ਹੁੰਦਾ ਹੈ, ਇਸ ਕਰਕੇ ਆਰਾਮ ਦਾ ਸਮਾਂ ਵੀ ਥੋੜਾ ਜ਼ਰੂਰੀ ਆ। ਸ਼ਾਮ ਨੂੰ 7:15 ਵਜੇ ਖੇਤੀਬਾੜੀ ਪ੍ਰੋਗਰਾਮ ਹੋਊਗਾ ਆਪਣਾ, ਓਹਦਾ ਪ੍ਰੋਗਰਾਮ ਦਾ ਨਾਂ ਰੱਖਿਆ ਆਪਾਂ ਸਾਡੇ ਖੇਤਾਂ ਚ ਰੱਬ ਵੱਸਦਾ, ਜਿਵੇਂ ਸਾਰੇ ਪ੍ਰੋਗਰਾਮ ਦੇ ਆਪਾਂ ਨਾਂ ਵੀ ਰੱਖ ਰਹੇ ਹਾਂ, ਤਾਂ ਜਿਹੜਾ ਖੇਤੀਬਾੜੀ ਦਾ ਆਪਣਾ ਪ੍ਰੋਗਰਾਮ ਦਾ ਨਾਂ ਹੋਇਆ ਕਰੂਗਾ ਸਾਡੇ ਖੇਤਾਂ ਵਿੱਚ ਰੱਬ ਵੱਸਦਾ, ਉਸ ਦੇ ਅੰਡਰ ਇਹ ਪ੍ਰੋਗਰਾਮ ਹੋਊਗਾ। ਫਿਰ ਪਿੰਡ ਦੀ ਸਾਂਝੀ ਸੱਥ, ਇਸ ਤਰ੍ਹਾਂ ਦੇ ਆਪਾਂ ਸ਼ਬਦ ਵੀ ਚੁਣਾਂਗੇ ਵਧੀਆ ਵਧੀਆ, ਤੇ ਇਸ ਤਰ੍ਹਾਂ ਇੱਕ ਸੋਹਣੇ ਢੰਗ ਨਾਲ ਆਪਾਂ ਅੱਗੇ ਵੱਧ ਰਹੇ ਹਾਂ। ਸੋ ਹੋਰ ਵੀਰਾਂ ਨੂੰ ਜਿਹੜਾ ਵੀਰ ਅੱਜ ਜੁੜੇ ਆ ਉਹਨਾਂ ਨੂੰ ਬੇਨਤੀ ਆ ਵੀ ਕੱਲ੍ਹ ਨੂੰ ਜ਼ਰੂਰ ਹੋਰ ਦੋ ਦੋ ਚਾਰ ਚਾਰ ਵੀਰਾਂ ਨੂੰ ਨਾਲ ਲਿਆਓ, ਆਪਾਂ ਇਹਦੇ ਵਿੱਚ ਗਿਣਤੀ ਹੋਰ ਵਧਾਈਏ ਵੱਧ ਤੋਂ ਵੱਧ। ਤੇ ਟਾਈਮ ਨਾ ਭੁੱਲਿਆ ਕਰੋ, 7:15 ਵਜੇ ਦਾ ਟਾਈਮ ਆਪਣਾ ਪੱਕਾ ਹੀ ਹੈ, ਕੱਲ੍ਹ ਨੂੰ ਠੀਕ 7:15 ਵਜੇ ਸਾਰੇ ਜੁੜਿਓ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।